ਵਾਹਿਗੁਰੂ 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 ਜਪੋ ਵਾਹਿਗੁਰੂ 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 ਡੰਡੋਤ ਵੰਦਨ ਅੰਤ ਵਾਰ ਹੱਥ ਜੋੜੋ ਜੀ ਸਾਰੇ ਸਿਰ ਨਵਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੇ ਸਿਰ ਨਵਾਂ ਕੇ ਸਾਰੇ ਪੜੋ ਡੰਡੋਤ ਵੰਦਨ ਅੰਤ ਵਾਰ ਸਰਬ ਕਲਾ ਸਰਬ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੈ ਬੁਲਾਇਆ ਤੇਰਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਜੀ ਨਾਨਕ ਬੋਲੈ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਗਿਆ ਪੂਰੀ ਵਾਹਿਗੁਰੂ ਜੀ ਕਾ ਖਾਲਸਾ ਭਾਗੀ ਪਾਇਆ ਐਸਾ ਗੁਰਮਟ ਭਾਗੀ ਪਾਇਆ ਗੁਰਮਟ ਭਾਗੀ ਪਾਇਆ ਗੁਰਮਟ ਭਾਗੀ ਪਾਇਆ ਐਸਾ ਗੁਰਮਟ ਭਾਗੀ ਪਾਇਆ ਗੁਰਮਟ ਭਾਗੀ ਪਾਇਆ ਐਸਾ ਗੁਰਮਟ
ਜੋਦਾ ਬੋ ਪਰੇ ਉਪਕਾਰੀ ਵਡ ਜੋਦਾ ਬੋ ਪਰੇ ਸਭ ਕਾਰੀ ਵਡ ਜੋਦਾ ਬੋ ਪਰੇ ਉਪਕਾਰੀ ਦਲ ਭੰਜਨ ਗੁਰ ਸੂਰ ਮਾਂ 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 ਵਡ ਜੋਦਾ ਉਪਕਾਰੀ ਵਡ ਜੋਦਾ ਬੋ ਪਰੇ ਉਪਕਾਰੀ ਵਡ ਜੋਦਾ ਬੋ ਪਰੇ ਉਪਕਾਰੀ ਵਡ ਜੋਦਾ ਬੋ ਪਰੇ ਉਪਕਾਰੀ ਸ਼ਾਮ ਦੇ 8 ਵਜੇ ਕੋਈ ਥੱਕਿਆ ਟੁੱਟਿਆ ਬਾਪ ਹੱਥ ਵਿੱਚ ਸੋਟੀ ਫੜੀ ਮੋਢੇ 'ਤੇ ਪਰਨਾ ਪਾਇਆ ਘਰ ਦੀਆਂ ਦਲੀਲਾਂ 'ਤੇ ਆਣ ਕੇ ਖਲੋਤਾ ਅੰਦਰੋਂ ਦੀ ਨੇ ਦਰਵਾਜ਼ਾ ਖੋਲ੍ਹਿਆ ਅਖੋਏ ਇੱਥੋਂ ਤੱਕ ਸਮਝ ਲਿਆ ਜੇ ਸ਼ਾਮ ਦੇ 8 ਵਜੇ ਕੋਈ ਥੱਕਿਆ ਟੁੱਟਿਆ ਪਾਪ ਪਿਤਾ ਆਣ ਕੇ ਦਲੀਜਾਂ ਦੇ ਉੱਤੇ ਖਲੋਤਾ ਚੌਂਕੜੇ ਮਾਰੋ ਸੋਹਣੀ ਤਰ੍ਹਾਂ ਆਖੋ ਵਾਹਿਗੁਰੂ ਵਾਹਿਗੁਰੂ ਤੇ ਅੰਦਰੋਂ ਦੀ ਰਾਣੀ ਨੇ ਦਰਵਾਜ਼ਾ ਖੋਲ੍ਹਿਆ ਬਾਪੂ ਨੂੰ ਥੱਕਿਆ ਵੇਖਿਆ ਬਾਪੂ ਨੂੰ ਪਰੇਸ਼ਾਨ ਵੇਖਿਆ ਪੁੱਛਦੀ ਬਾਪੂ ਜਿਹੜੇ ਕੰਮ ਅਭਿਆਸ ਹੈ ਕੰਮ ਹੋਇਆ ਨਹੀਂ ਅਖਵੇ ਜਿਹੜੇ ਕੰਮ ਗਿਆ ਸੀ ਕੰਮ ਹੋਇਆ ਨਹੀਂ ਬਾਪੂ ਨੇ ਕਿਹਾ ਧੀ ਇਹ ਕੰਮ ਤਾਂ ਹੋ ਗਿਆ ਮਗਰ ਮਗਰੋਂ ਪਤਾ ਚੱਲਿਆ ਜੋ ਮੈਂ ਸੌਦਾ ਕਰ ਆਇਆ ਉਹ ਠੀਕ ਨਹੀਂ ਅਖਵੇ ਘਰੋਂ ਤੁਰਿਆ ਸੀ ਧੀ ਲਈ ਬੱਚਾ ਲੱਭਣ ਲਈ ਸੋਹਣੇ ਸੁਚੇਤ ਹੋ ਕੇ ਸੁਣੋ ਤੁਸਾਂ ਵੀ ਧੀਆਂ ਮੰਗਣੀਆਂ ਮੈਂ ਵੀ ਮੰਗੀਆਂ ਅਤੇ ਅੱਗੇ ਇਹ ਸਮਾਜ ਵਿੱਚ ਕਿਰਤ ਚੱਲਦੀ ਰਹਿਣੀ ਧੀ ਲਈ ਪੁੱਤਰ ਲੱਭਣ ਗਿਆ ਸੀ ਜਵਾਈ ਹੁਣ ਮੰਗ ਤੇ ਸੀ ਨਹੀਂ ਵੀ ਫੇਸਬੁੱਕ 'ਤੇ ਲੱਭ ਲੈਂਦੇ ਬੱਚੇ ਆਖੋ ਵਾਹਿਗੁਰੂ ਉੱਚੀ ਬੋਲਿਆ ਕਰੋ ਜਾਂਦਿਆਂ ਜਾਂਦਿਆਂ ਇੱਕ ਪਰਿਵਾਰ ਮਿਲਦਾ ਗਿਆ ਇੱਕ ਪਰਿਵਾਰ ਮਿਲਦਾ ਗਿਆ ਜ਼ਮੀਨ ਚੰਗੀ ਸੀ ਜਾਇਦਾਦ ਚੰਗੀ ਸੀ ਮੱਝਾਂ ਬੜੀਆਂ ਸੀ ਸਾਰਾ ਕੁਝ ਸਹੀ ਵੇਖਿਆ ਰਿਸ਼ਤੇਦਾਰੀ ਇਕੱਠੀ ਕਰਕੇ ਹਾਂ ਕਰਦੀ ਵੀ ਮੈਂ ਆਪਣੀ ਧੀ ਇਸ ਬੱਚੇ ਨਾਲ ਮੰਗੀ ਅਖਵੇ ਇੱਥੇ ਤਾਂ ਪਤਾ ਲੱਗਿਆ ਨਾ ਗੱਡੀ ਸੁਰਤ 'ਤੇ ਚੜ੍ਹਦੀ ਨਾ ਵੀ ਮੈਂ ਕੀ ਕਹਿਣਾ ਚਾਹੁੰਦਾ ਲੈਣ 'ਤੇ ਚੜ੍ਹਦੀ ਨਾ ਗੱਡੀ ਵੀ ਇੱਕ ਬਾਪ ਗਿਆ ਸੀ ਆਪਣੀ ਧੀ ਲਈ ਦਿਮਾਗ ਲੱਭਣ ਲਈ ਬੱਚਾ ਚੰਗਾ ਲੱਭ ਗਿਆ ਜ਼ਮੀਨ ਚੰਗੀ ਲੱਭ ਗਈ ਬੱਚਾ ਨੌਜਵਾਨ ਸੀ ਬਰਾਦਰੀ 'ਚ ਗੱਲ ਚੱਲੀ ਵੀ ਹੁਣ ਅਰਦਾਸ ਕਰੀਏ
ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਅਰਦਾਸ ਕਰੀਏ। ਸਮਾਜ ਇਕੱਠਾ ਹੋ ਗਿਆ, ਬਰਾਦਰੀ ਇਕੱਠੀ ਹੋ ਗਈ, ਅਰਦਾਸ ਹੋ ਗਈ। ਅਰਦਾਸ ਹੋਣ ਤੋਂ ਬਾਅਦ ਬਾਪ ਪੁੱਛਦਾ ਧੀ ਦਾ, ਆਖੋ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਨੂੰ ਮਿਲਣ ਕਦੋਂ ਵਧੇ ਗਏ ਹੋ? ਥੋੜ੍ਹਾ ਜਿਹਾ ਸੁਚੇਤ ਹੋ ਕੇ ਨਾਲ ਮੇਰੇ ਬੋਲੋਗੇ ਵੀ ਸਤਿਗੁਰੂ ਨੂੰ ਮਿਲਣ ਕਦੋਂ ਕਦੇ ਗਏ ਹੋ? ਅੱਗੋਂ ਬੱਚੇ ਵਾਲਿਆਂ ਦਾ ਪਰਿਵਾਰ ਕਹਿੰਦਾ ਕਿਹੜੇ ਸਤਿਗੁਰੂ ਨੂੰ? ਨਹੀਂ ਪਤਾ ਲੱਗਦਾ ਕੀ ਪੁੱਛਦੇ, ਕਿਹੜੇ ਸਤਿਗੁਰੂ ਨੂੰ? ਧੀ ਵਾਲੇ ਦੇ ਪੈਰਾਂ ਥੱਲੇ ਜ਼ਮੀਨ ਨੇ ਕੁਝ ਵੀ, ਸਤਿਗੁਰੂ ਤੇ 50 ਨਹੀਂ ਹੁੰਦੇ, ਸਤਿਗੁਰੂ ਤੇ ਇੱਕੋ ਹੀ ਹੈ ਧਰਤੀ ਦੇ ਉੱਤੇ, ਸਤਿਗੁਰੂ ਨਾਨਕ ਉੱਪਰ ਕੱਟਿਆ ਮਿੱਟੀ ਧੁੰਦ। ਇਸ ਵੇਲੇ ਉਹਨਾਂ ਦੀ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੇ, ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਉਹਨਾਂ ਕਿਹਾ ਕਿਹੜੇ ਸਤਿਗੁਰੂ ਲਈ, ਜੇ ਸਿੱਖ ਦੇ ਪੈਰਾਂ ਹੇਠੋਂ ਜ਼ਮੀਨ ਨਿਕਲੀ, ਕਹਿਣ ਲੱਗੇ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਜਾਣਦੇ, ਜਿਹਨਾਂ ਦਾ ਪਰਉਪਕਾਰੀ ਆਪ ਮਨ ਪੁਰਬ ਹੈ, ਮੈਂ ਤਾਂ ਕਰਕੇ ਆਪ ਜੀ ਦੇ ਕੁਝ ਮਿੰਟ ਉੱਧਰ ਲੈ ਕੇ ਚੱਲਿਆ, ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਕਿਹਾ ਅਸੀਂ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਨਹੀਂ ਕਦੀ ਸੁਣਿਆ, ਮੁੰਡੇ ਵਾਲਿਆਂ ਨੇ ਕਿਹਾ ਵਾਹਿਗੁਰੂ। ਤੁਸੀਂ ਕਿਹਦੀ ਪੂਜਾ ਕਰਦੇ ਹੋ, ਕਿਹਨੂੰ ਮੰਨਦੇ ਹੋ ਤੁਸੀਂ? ਕਹਿਣ ਲੱਗੇ ਅਸੀਂ ਪੀਰ ਸਖੀ ਸਰਵਰ ਦਾ ਦੀਵਾ ਜਗਾਉਂਦੇ ਹਾਂ ਘਰ 'ਚ, ਆਪਾਂ ਪਿੰਡਾਂ 'ਚੋਂ ਹੀ ਆਏ ਹਾਂ। ਉਹ ਜਿਹੜੀਆਂ ਮੱਟੀਆਂ ਜਿਹੀਆਂ ਬਣਾ ਕੇ ਦੀਵੇ ਜਗਾਉਂਦੇ ਲੋਕ, ਤਰਨ ਤਾਰਨ ਦੇ ਇਲਾਕੇ ਵਿੱਚ ਜ਼ਿਆਦਾ ਸੀ ਉਦੋਂ, ਆਖੋ ਵਾਹਿਗੁਰੂ। ਅਸੀਂ ਸਖੀ ਸਰਵਰ ਦਾ ਦੀਵਾ ਜਗਾਉਂਦੇ ਹਾਂ ਘਰ 'ਚ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਕਦੀ ਸੁਣਿਆ ਹੀ, ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਮੈਂ ਤਾਂ ਸੁਣਦਾ ਘਾਟੇ ਦਾ ਘਰ ਬੈਠਾ, ਮੈਂ ਆਪਣੀ ਧੀ ਨਿੱਕੀ ਜੀ ਨੂੰ ਸ੍ਰੀ ਜਪਜੀ ਸਾਹਿਬ ਕੰਠ ਕਰਾਇਆ, ਧਿਆਨ ਦਿਓ, ਮੈਂ ਆਪਣੀ ਨਿੱਕੀ ਜੀ ਧੀ ਨੂੰ ਸ੍ਰੀ ਜਪਜੀ ਸਾਹਿਬ, ਮੈਂ ਸ੍ਰੀ ਸੁਖਮਨੀ ਸਾਹਿਬ ਕੰਠ ਕਰਾਇਆ, ਆਨੰਦ ਸਾਹਿਬ ਕੰਠ ਕਰਾਇਆ, ਦੱਖਣੀ ਓਮਕਾਰ ਕੰਠ ਕਰਾਈ, ਸਿੱਧ ਗੋਸ਼ਟ ਕੰਠ ਕਰਾਈ, ਵੱਧ ਤੋਂ ਵੱਧ ਮੈਂ ਬਾਣੀਆਂ 'ਤੇ ਜ਼ੋਰ ਲਾ ਕੇ ਆਪਣੀ ਧੀ ਨੂੰ ਬਾਣੀ ਕੰਠ ਕਰਾਈ ਹੈ ਮੇਰੀ, ਇਹ ਜਿਹਦੇ ਧੀ ਨੂੰ ਕੀ ਦੱਸੇਗਾ? ਪੜ੍ਹਦੇ ਹੋ ਨਾ ਵੀ ਧੀ ਨੂੰ ਕੀ ਦੱਸੇਗਾ ਜਾ ਕੇ ਮੈਂ ਤੈਨੂੰ ਅੱਜ ਉਹਨਾਂ ਦੇ ਘਰ ਮੰਗਣੀ ਕਰ ਆਇਆ ਹਾਂ ਜਿਹੜੇ ਗੁਰੂ ਨਾਨਕ ਦੇ ਘਰ ਨੂੰ ਮੰਨਦੇ ਹੀ ਨਹੀਂ। ਆਖੋ ਵਾਹਿਗੁਰੂ ਵਾਹਿਗੁਰੂ। ਸਮਾਜ ਵਿੱਚ ਵਚਨ ਦੇ ਵਿੱਚ ਅਸੀਂ ਮਨਾ ਤਾਂ ਨਹੀਂ ਕੀਤਾ, ਚੁੱਪ ਕਰਕੇ ਕਲੀਜਾ ਫੜ ਕੇ ਘਰ ਨੂੰ ਆ ਗਿਆ, ਦਰਵਾਜ਼ੇ 'ਤੇ ਖਲੋਤਾ ਸੀ। ਧੀ ਰਾਣੀ ਨੇ ਪੁੱਛਿਆ ਬਾਪੂ ਉਦਾਸ ਕਿਉਂ ਹੈ, ਹੱਸਣੇ ਹੋ ਮੇਰੀ ਬੱਚੀਓ? ਪਿਛਲੇ ਦੇਵਤਾਂ ਵਿੱਚ ਮੈਂ ਕਹਿ ਕੇ ਆਇਆ, ਕਿਸੇ ਨੇ ਸਲਿੱਪ ਰੱਖੀ ਸੀ ਵੀ ਬੱਚੇ ਆਖੇ ਨਹੀਂ ਲੱਗਦੇ। ਆਖੋ ਵਾਹਿਗੁਰੂ ਵਾਹਿਗੁਰੂ ਕਰਕੇ ਬੋਲੋ ਨਾ ਵਾਹਿਗੁਰੂ ਕੀ। ਦਾਸ ਨੇ ਬੇਨਤੀ ਕੀਤੀ ਸੀ ਇਹਦੇ ਸਾਹਮਣੇ ਆ ਗਏ, ਆਖੋ ਵਾਹਿਗੁਰੂ ਵਾਹਿਗੁਰੂ। ਮਾਂ ਚੰਗੀ ਮਾਂ ਬਣ ਜੇ ਹਾਜ਼ਰਿਓ, ਮਾਂ ਚੰਗੀ ਮਾਂ, ਧੀ ਚੰਗੀ ਧੀ ਆਪੇ ਹੀ ਬਣ ਜੂਗੀ। ਆਖੋ ਵਾਹਿਗੁਰੂ ਵਾਹਿਗੁਰੂ। ਪਕੜ ਰਹੇ ਹੋ ਜੀ, ਮਾਂ ਚੰਗੀ ਮਾਂ ਬਣ ਜੇ ਧੀ ਚੰਗੀ ਧੀ ਆਪੇ ਬਣ ਜੂਗੀ, ਇਹ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ। ਪਿਓ ਚੰਗਾ ਪਿਓ ਬਣ ਜੇ, ਪੁੱਤਰ ਚੰਗਾ ਪੁੱਤਰ ਆਪੇ ਬਣ ਜੂ। ਲੋਕ ਸੋਚਦੇ ਨੇ ਅਸੀਂ ਸਾਰਾ ਸਾਰਾ ਦਿਨ ਇੱਕ ਇੱਕ ਘਰ ਵਿੱਚ ਜੇ 10 ਜੀ ਹੈ ਤੇ 10 ਕੋਲ ਹੀ ਫੋਨ ਹੋਣ, ਆਖੋ ਵਾਹਿਗੁਰੂ ਕੀ ਹੋਣ,
ਤੇ ਸਾਰਾ ਦਿਨ ਉਂਗਲਾਂ ਮਾਰਦੇ ਰਹੀਏ, ਨਾ ਬੱਚੇ ਦੇ ਮੂੰਹ ਵੱਲ ਵੇਖੀਏ, ਨਾ ਬੱਚੇ ਨੂੰ ਗਲਣਾ ਲਾਈਏ, ਨਾ ਬੱਚੇ ਨੂੰ ਪਿਆਰ ਨਾਲ ਕਿਸੇ 5 ਮਿੰਟ ਬਾਣੀ ਵੱਲ ਦਾ ਧਿਆਨ ਕੋਈ ਸਾਖੀ ਕੋਈ ਗੁਰੂ ਨਾਲ ਜੋੜੀਏ, ਤੇ ਸਾਡਾ ਬੱਚਾ ਗੁਰਮੁਖ ਬਣ ਜੇ। ਕਿਸ ਤਰ੍ਹਾਂ ਬਣ ਜੂ, ਸੋਚ ਰਹੇ ਹੋ ਕਿ ਨਹੀਂ ਜੀ? ਗੁਰਮੁਖ ਪਿਆ ਜਾਓ। ਤੇ ਅੱਜ 100 ਦੇ ਵਿੱਚੋਂ 99% ਲੋਕ ਪੀੜਿਤ ਨੇ ਹਾਲਾਤ ਤੋਂ। ਕਿਸੇ ਨੇ ਨਹੀਂ ਹੜ ਕੇ ਚਾਬੀ ਭਰਤੀ ਇਹਨਾਂ ਦੇ ਦਿਮਾਗ ਨੂੰ। ਤੁਸੀਂ ਟਾਈਮ ਨਹੀਂ ਕੱਢਿਆ ਬੱਚਿਆਂ ਲਈ, ਤੁਸੀਂ ਚੰਗੇ ਮਾਂ ਪਿਓ ਨਹੀਂ ਬਣ ਸਕੇ। ਆਖੋ ਵਾਹਿਗੁਰੂ, ਚੰਗੇ ਜਿਹੜਾ ਚੰਗਾ ਮਾਂ ਪਿਓ ਸੀ ਨਾ, ਉਹਨੇ ਆਪਣੀ ਬੱਚੀ ਨੂੰ ਕੀ ਕੰਠ ਕਰਾਇਆ? ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਸ੍ਰੀ ਅਨੰਦ ਸਾਹਿਬ, ਸ੍ਰੀ ਦੱਖਣੀ ਓਮਕਾਰ, ਸ੍ਰੀ ਸਿੱਧ ਗੋਸ਼ਟ। ਆਖੋ ਵਾਹਿਗੁਰੂ। ਇਹ ਸਾਰੀਆਂ ਬਾਣੀਆਂ ਤੋਤੇ ਵਾਂਗ ਰਟਨ ਕਰਾਈਆਂ ਸੀ ਆਪਣੀ ਧੀ ਨੂੰ, ਤੇ ਜਵਾਨੀ ਕੰਠ ਸੀ। ਧੀ ਨੇ ਪੁੱਛਿਆ, ਬਾਪੂ ਬੜਾ ਉਦਾਸ ਹੈ, ਜਿਹੜੇ ਕੰਮ ਗਿਆ ਸੀ ਕੰਮ ਹੋਇਆ ਨਹੀਂ। ਬਾਪੂ ਨੇ ਕਿਹਾ, ਉਹ ਬੱਚਾ ਤਾਂ ਬੜਾ ਨੌਜਵਾਨ ਛਬੀਲਾ ਲੱਭ ਗਿਆ, ਉਹਨਾਂ ਦੀ ਪ੍ਰੋਪਰਟੀ ਕੋਈ ਨਹੀਂ। ਆਖੋ ਵਾਹਿਗੁਰੂ। ਧੀ ਨੇ ਪੁੱਛਿਆ ਵੀ ਕੀ ਉਹਨਾਂ ਦੀ ਕੋਈ ਪ੍ਰੋਪਰਟੀ ਨਹੀਂ? ਕਿਹਾ ਪਰੇਸ਼ਾਨ ਹੈ। ਮਗਰੋਂ ਪਤਾ ਲੱਗਾ ਹੋਵੇ ਤੈਨੂੰ ਵੀ ਉਹਨਾਂ ਕੋਲ ਤਾਂ ਪ੍ਰੋਪਰਟੀ ਕੋਈ ਨਹੀਂ, ਮੈਂ ਜਿਹਨਾਂ ਘਰ ਧੀ ਮੰਗਾਇਆ ਧੀ ਇਹ ਪ੍ਰੋਪਰਟੀ ਬੜੀ। ਆਖੋ ਵਾਹਿਗੁਰੂ। ਉਹਨਾਂ ਦੀ ਪ੍ਰੋਪਰਟੀ ਬੜੀ, ਬੜੀਆਂ ਜਾਇਦਾਦਾਂ ਨੇ। ਉਹ ਬੀਬੀ ਨੂੰ ਜਰਾ ਹਰਾ ਦਿਓ ਪਿੱਛੇ। ਹਾਂਜੀ, ਆਖੋ ਵਾਹਿਗੁਰੂ, ਜਰਾ ਕਰ ਕੇ ਬੋਲੋ ਵਾਹਿਗੁਰੂ। ਪ੍ਰੋਪਰਟੀ ਬਹੁਤ ਬੜੀਆਂ ਮੱਝਾਂ ਨੇ, ਬੜੀਆਂ ਜ਼ਮੀਨਾਂ ਦੇ ਮਾਲਕ ਨੇ ਬਾਪੂ, ਫਿਰ ਉਦਾਸ ਕਿਉਂ ਹੈ? ਪੁੱਤਰ ਮੈਂ ਜਦੋਂ ਤੇਰਾ ਰਿਸ਼ਤਾ ਕੀਤਾ, ਧਿਆਨ ਦਿਓ, ਜਦੋਂ ਮੈਂ ਤੇਰਾ ਰਿਸ਼ਤਾ ਕੀਤਾ ਤੇ ਉਦੋਂ ਮੈਂ ਗੱਲ ਨਹੀਂ ਸੀ ਉਹਨਾਂ ਨੂੰ ਪੁੱਛੀ ਵੀ ਤੁਸੀਂ ਗੁਰੂ ਵਾਲੇ ਹੋ ਕਿ ਨਹੀਂ। ਮੈਨੂੰ ਮਗਰੋਂ ਪਤਾ ਲੱਗਾ ਜਦੋਂ ਅਰਦਾਸ ਹੋ ਚੁੱਕੀ ਸੀ, ਅਰਦਾਸ ਹੋ ਚੁੱਕੀ ਸੀ ਤੇ ਮੈਂ ਪੁੱਛਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਕਦੋਂ ਦੇ ਗਏ ਹੋ? ਤੇ ਉਹਨਾਂ ਨੇ ਤੇ ਮੈਨੂੰ ਕੁਐਸਚਨ ਇਹ ਕੀਤਾ ਵੀ ਕਿਹੜਾ ਗੁਰੂ? ਤੇ ਧੀਏ ਮੇਰੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਮੈਂ ਉਹਨਾਂ ਨੂੰ ਪੁੱਛਿਆ, ਗੁਰੂ ਜਿਹੜਾ ਗੁਰੂ ਨਾਨਕ ਪਾਤਸ਼ਾਹ ਗੁਰੂ ਹੈ, ਉਹਨਾਂ ਦੀ ਜਗ੍ਹਾ 'ਤੇ ਇਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਉਹਨਾਂ ਕਿਹਾ ਸੀ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਕਦੀ ਸੁਣਿਆ ਹੀ ਨਹੀਂ। ਆਖੋ ਵਾਹਿਗੁਰੂ। ਧੀਏ ਮੇਰਾ ਲੱਕ ਟੁੱਟ ਗਿਆ, ਮੇਰਾ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ, ਮੇਰਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ, ਇਸ ਕਰਕੇ ਮੇਰੇ ਕੋਲੋਂ ਤਾਂ ਉੱਠਿਆ ਨਹੀਂ ਜਾਂਦਾ, ਮੈਂ ਤਾਂ ਮਰ ਗਿਆ। ਤੇ ਧੀ ਨੇ ਗੜਵੇ ਚੋਂ ਪਾਣੀ ਪਾ ਕੇ ਗਿਲਾਸ ਦਿੱਤਾ, ਲੈ ਬਾਪੂ ਰੱਜ ਕੇ ਪਾਣੀ ਪੀ। ਆਖੋ ਵਾਹਿਗੁਰੂ। ਤੇ ਸੋਟੀ ਫੜਾ ਮੈਨੂੰ ਆਰਾਮ ਨਾਲ ਮੰਜੀ ਦੇ ਉੱਤੇ ਬਹਿ ਜਾ, ਧੀਏ ਜ਼ਿੰਦਗੀ ਕਿਸ ਤਰ੍ਹਾਂ ਕੱਟੇਗੀ, ਉਹਨਾਂ ਦੇ ਘਰ ਵਿੱਚ ਤੇਰੀ ਬਣ ਕਿਸ ਤਰ੍ਹਾਂ, ਉਹ ਸਮਝ ਰਹੇ ਹੋ ਨਾ? ਉਹ ਸਖੀ ਸਰਵਰ ਦਾ ਦੀਵਾ ਜਗਾਉਂਦੇ ਨੇ ਉੱਥੇ। ਆਖੋ ਵਾਹਿਗੁਰੂ। ਉਹ ਦੀਵੇ ਜਗਾਉਣ ਵਾਲੇ ਧੀਏ ਤੇਰੇ ਨਾਲ ਕਿਸ ਤਰ੍ਹਾਂ ਬਣ ਆਊ? ਤੇ ਧੀ ਨੇ ਬਾਪੂ ਦੇ ਗਲ ਨੂੰ ਗਲਵਕੜੀ ਪਾ ਕੇ ਨਾ ਬਾਪੂ ਨੂੰ ਕਿਹਾ, ਬਾਪੂ ਐਵੇਂ ਨਾ ਡਰ, ਜਿਹੜੀ ਸੁਖਮਨੀ ਸਾਹਿਬ ਕੰਠ ਕਰਾਈ ਹੋ ਨਾ, ਧਿਆਨ ਦਿਓ, ਜਿਹੜੀ ਭਜਾ ਦੂਗੀ ਦੀਵੇ, ਜਿਹੜਾ ਸ੍ਰੀ ਜਪਜੀ ਸਾਹਿਬ ਮੈਨੂੰ ਕੰਠ ਕਰਾਇਆ ਸੀ, ਸਭ ਦੀਵੇ ਭਜਾ ਦੂਗਾ ਉਹ। ਤੂੰ ਆਪਣੀ ਧੀ ਤੇ ਮਾਣ ਨਹੀਂ ਕਰਦਾ ਵੀ ਤੂੰ ਮੈਨੂੰ ਸ੍ਰੀ ਜਪਜੀ ਸਾਹਿਬ ਕੰਠ ਕਰਾਇਆ, ਸ੍ਰੀ ਆਸਾ ਕੀ ਵਾਰ ਕੰਠ ਕਰਾਈ, ਆਖੋ ਵਾਹਿਗੁਰੂ, ਸਿੱਧ ਗੋਸ਼ਟ ਕੰਠ ਕਰਾਈ, ਦੱਖਣੀ ਓਮਕਾਰ ਕੰਠ ਕਰਾਈ, ਇੰਨੀ ਬਾਣੀ ਕੰਠ ਕਰਾਈ, ਬਾਪੂ ਤੈਨੂੰ ਬਾਣੀ 'ਤੇ ਭਰੋਸਾ ਨਹੀਂ? ਧੀ ਇਹ ਭਰੋਸਾ ਤੇ ਬੜਾ ਹੈ। ਆਖੋ ਵਾਹਿਗੁਰੂ। ਪਕੜ ਰਹੇ ਹੋ ਨਾ ਜੀ? ਭਰੋਸਾ ਤੇ ਬਹੁਤ ਹੈ।
ਬਾਪੂ ਆਹ ਰਾਮ ਨਾਮ ਪ੍ਰਸ਼ਾਦਾ ਛਕ, ਗੁਰੂ ਰਾਮਦਾਸ ਪਾਤਸ਼ਾਹ ਦਇਆ ਕਰਨਗੇ ਉਸ ਘਰ ਚ ਵੀ। ਗੁਰਬਾਣੀ ਇਸ ਜਗ ਮੈਂ ਜਾਣਨ, ਬੋਲੋ ਗੁਰਬਾਣੀ ਇਸ ਜਗ ਮੈਂ ਜਾਣਨ, ਗੁਰਬਡ ਭਾਗੀ ਪਾਇਆ ਐਸਾ, ਗੁਰਬਡ ਭਾਗੀ ਪਾਇਆ, ਗੁਰਬਡ ਭਾਗੀ ਪਾਇਆ ਐਸਾ, ਗੁਰਬਡ ਭਾਗੀ ਪਾਇਆ। ਗੁਰਬਾਣੀ ਇਸ ਜਗ ਮੈਂ ਜਾਣਨ, ਗੁਰਬਾਣੀ ਇਸ ਜਗ ਨਾਨਕ ਦੀ ਬਾਣੀ ਦੇ ਅੱਗੇ ਨਹੀਂ ਜਗਣਗੇ, ਤੂੰ ਕਿਉਂ ਘਬਰਾਉਣਾ ਹੈ? ਬਾਪੂ ਨੇ ਸਾਹਿਬ ਦਾ ਦਿਨ ਵਿੱਚ ਕੇ ਤੇ ਬੱਜੀ ਦੇ ਫੇਰੇ ਦੇ ਦਿੱਤੇ, ਅੱਖ ਵਾਹਿਗੁਰੂ ਪਕੜ ਰਹੇ ਹੋ ਨਾ ਜੀ, ਸਮਝ ਲੱਗ ਰਹੀ? ਬਾਪੂ ਨੇ ਸਾਹਿਬ ਦਾ ਦਿਨ ਸਜਾ ਕੇ ਤੇ ਬੱਜੀ ਦੇ ਫੇਰੇ ਦੇ ਦਿੱਤੇ। ਗਿਆਨੀ ਧਿਆਨੀ ਬਹਿ ਮਤਾ ਪਕਾਇਆ ਤੇ ਫੇਰੇ ਤੱਤ ਦਵਾਏ, ਫੇਰੇ ਫੇਰੇ ਦਵਾ ਦਿੱਤੇ। ਧੀ ਵਿਆਹੀ ਚਲੇ ਗਈ, ਧਿਆਨ ਦਿਓ ਜਰਾ, ਧੀਨ ਧੀ ਵਿਆਹੀ ਡੋਲੇ ਚਲੇ ਗਈ, ਅੱਖ ਵਾਹਿਗੁਰੂ। ਇਹ ਮੇਰੇ ਇਤਿਹਾਸ ਦਾ ਪੰਨਾ ਹੈ, ਆਪਣੇ ਕੋਲੋਂ ਨਹੀਂ ਸੁਣਾਉਣ ਡਿਆ ਕੋਈ, ਇਤਿਹਾਸ ਦਾ ਪੰਨਾ ਹੈ, ਅੱਖ ਵਾਹਿਗੁਰੂ। ਜਦੋਂ ਡੋਲੀ ਚੜ ਕੇ ਧੀ ਰਾਣੀ ਗਈ, ਪਿੰਡ ਦੂਰ ਸੀ, ਘਰ ਜਾ ਕੇ ਡੋਲੀ ਚੋਂ ਉਤਰੀ, 12 ਵੱਜ ਚੁੱਕੇ ਸੀ, ਅੱਖ ਵਾਹਿਗੁਰੂ। 12 ਵਜੇ ਉਤਾਰਾ ਹੋਇਆ, ਬਹਿੰਦਿਆਂ ਖਲੋਂਦਿਆਂ ਨੂੰ 1 ਵੱਜ ਗਿਆ ਤੇ ਬੱਚੀ ਆਪਣੇ ਮੰਜੇ ਤੋਂ ਉੱਠੀ, ਅੱਖ ਵਾਹਿਗੁਰੂ। ਧੀਓ ਸੁਣੋ, ਬੱਚੀਓ ਮੇਰੀਓ ਸੁਣੋ, ਤੁਸੀਂ ਵੀ, ਅਸੀਂ ਬਾਬੇ ਨਾਨਕ ਦੀ ਉਮਤ ਹਾਂ, ਅੱਖ ਵਾਹਿਗੁਰੂ। ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਔਲਾਦ ਹਾਂ, ਸਾਡਾ ਜੀਵਨ ਬਾਣੀ ਹੈ, ਬਾਣੀ। ਸਾਨੂੰ ਇਹ ਨਹੀਂ ਕਿਹਾ ਤੁਹਾਡੇ ਕੋਲ ਪੈਸਾ ਨਹੀਂ ਹੋਊਗਾ ਤੇ ਤੜਪ ਕੇ ਮਰ ਜਾਓਗੇ, ਅੱਖ ਵਾਹਿਗੁਰੂ। ਸਾਨੂੰ ਇਹ ਨਹੀਂ ਕਿਹਾ ਤੁਹਾਡੇ ਕੋਲ ਵੱਡੀ ਗੱਡੀ ਨਹੀਂ ਹੋਊਗਾ ਤੇ ਤੜਪ ਕੇ ਮਰ ਜਾਓ। ਜੈ ਤਨ ਬਾਣੀ ਵਿਸਤਰ ਜਾਏ, ਸਾਡੇ ਮਰਨ ਦਾ ਕਾਰਨ ਇੱਕੋ ਹੀ ਚੀਜ਼ ਦੱਸੀ, ਜੇ ਸਾਡੇ ਕੋਲ ਬਾਣੀ ਭੁੱਲ ਗਈ ਤੇ ਅਸੀਂ ਤੜਪ ਤੜਪ ਕੇ ਮਰ ਜਾਵਾਂਗੇ, ਜਿਸ ਤਰ੍ਹਾਂ ਮੱਛੀ ਮਰ ਜਾਂਦੀ। ਤੇ ਖੂਬ ਤਮਾਸ਼ਾ ਹੋਇਆ ਸਿੱਖਾਂ ਦੇ ਨਾਲ, ਟੈਲੀਫੋਨਾਂ ਚੋਂ ਬਾਣੀ ਸੁਣਦੇ ਨੇ ਹੁਣ ਲੋਕੀ, ਅੱਖ ਵਾਹਿਗੁਰੂ। ਮਨ ਕਿਤੇ ਤੁਰਿਆ ਫਿਰਦਾ ਹੈ, ਇੱਥੇ ਟੈਲੀਫੋਨ ਤੇ ਬਾਣੀ ਲੱਗੀ ਆ, ਕੰਮ ਕੰਪਿਊਟਰ ਤੇ ਹੋ ਰਿਹਾ ਹੈ। ਇੱਕ ਆਮ ਬੰਦੇ ਅਫਸਰ ਨਾਲ ਵੀ ਤੁਸੀਂ ਗੱਲ ਕਰਦੇ, ਸਾਰੇ ਪਾਸੇ ਤੋਂ ਧਿਆਨ ਮਟਾ ਕੇ ਅਫਸਰ ਦੀ ਗੱਲ ਵੱਲ ਧਿਆਨ ਰੱਖਦੇ ਹੋ ਕਿ ਨਹੀਂ? ਮਗਰ ਕਮਾਲ ਦੀ ਗੱਲ ਹੈ, ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੰਨੀ ਵਾਧੂ ਹੋ ਗਈ, ਤੁਸੀਂ ਵੀ ਬੋਲੀ ਚੱਲੋ, ਗੁਰੂ ਸਾਹਿਬ ਜੀ ਮੈਂ ਆਪਣਾ ਕੰਮ ਵੀ ਕਰੀ ਚੱਲਦਾ। ਜਿੰਨਾ ਚਿਰ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦੇ ਮੋਤੀਆਂ ਨੂੰ ਤੁਸੀਂ ਚੁਭੋਗੇ ਨਹੀਂ,
ਆਖੋ ਏ ਗੁਰੂ। ਇੱਕ ਜੇ ਤੁਸੀਂ ਬਾਣੀ ਜਾਣਦੇ ਹੋ ਨਾ ਪ੍ਰਮੁੱਖ ਪਿਆਰੇ ਤੁਹਾਡੇ ਵਿੱਚੋਂ, ਤੇ ਮਾਰਗ ਮੋਤੀ ਪੀਥਰੇ ਆਉਂਦੀ ਕਿਸੇ ਨੂੰ ਬਾਣੀ, ਹੱਥ ਖੜਾ ਕਰੋ ਭਲਾ। ਮਾਰਗ ਖੁੱਲੋ ਖੁੱਲੋ, ਮਾਰਗ ਮੋਤੀ ਪੀਥਰੇ ਬਿਖਰੇ। ਤੁਹਾਡੇ ਤੇ ਮੇਰੇ ਰਾਹ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀਆਂ 40 ਪੌੜੀਆਂ ਉਚਾਰੀਆਂ ਨੇ ਨਾ ਜਪਜੀ ਸਾਹਿਬ ਦੀਆਂ, ਆਖੋ ਵਾਹਿਗੁਰੂ। ਸੁਣ ਰਹੇ ਹੋ ਜੀ ਕਿੰਨੀਆਂ ਜਿਹੜੀਆਂ ਉਚਾਰੀਆਂ ਨੇ, ਇਹ ਸਾਡੀ ਸੁਰਤ ਦੇ ਰਾਹ ਵਿੱਚ ਮੋਤੀ ਖਿਲਾਰੇ ਨੇ। ਨਹੀਂ ਪਤਾ ਲੱਗ ਰਿਹਾ ਚਸ਼ਮੇ ਵਾਲੇ ਵੀਰ ਨੂੰ ਪਤਾ ਲੱਗ ਰਿਹਾ ਕਿ ਨਹੀਂ ਮੈਂ ਕੀ ਕਹਿੰਦਾ, ਕਿਉਂਕਿ ਰੌਲਾ ਹੈਗਾ ਅੰਦਰ ਅੰਦਰ, ਸ਼ੋਰ ਹੈ ਨਾ ਇਨਸਾਨ ਦੇ, ਇੱਥੇ ਬੈਠਾ ਵੀ ਗੱਲਾਂ ਕਿਤੇ ਹੋਰ ਕਰ ਰਿਹਾ, ਕਥਾ ਹੋ ਜੂਗੀ ਕਿੰਡਾ, ਜਿਤਨਾ ਦਾ ਆਇਆ ਉਤਨਾ ਦਾ ਉੱਠ ਕੇ ਚਲ ਜਾਊ। ਕਿਉਂ ਸੁਣ ਲਈ ਚੁੱਪ ਕਰਨਾ ਪੈਂਦਾ ਹੈ, ਬੋਲੋ ਇੱਕ ਵਾਰ ਮੈਂ ਕੀ ਕਿਹਾ, ਤੁਸੀਂ ਤੇ ਪਕੜ ਦਿਓ, ਸੁਣ ਲਈ ਕਿਤਨਾ ਭਲਾ, ਹਾਂ ਮਨ ਦੇ ਸ਼ੋਰ ਨੂੰ ਚੁੱਪ ਕਰਾਉਣਾ ਪੈਂਦਾ ਹੈ ਜਿਹੜਾ ਲਗਾਤਾਰ ਸਾਡੇ ਅੰਦਰ ਚੱਲੀ ਜਾਂਦਾ ਹੈ। ਆਖੋ ਵਾਹਿਗੁਰੂ, ਵਾਹਿਗੁਰੂ। ਮਾਰਗ ਮੋਤੀ ਪੀਥਰੇ, ਇਹ ਜਿਹੜਾ ਮੇਰੀ ਸੁਰਤ ਦਾ ਰਾਹ ਹੈ ਨਾ, ਜਦੋਂ ਜਪਜੀ ਸਾਹਿਬ ਆਰੰਭ ਕਰਦੀ, ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਚੁੱਪੈ ਚੁੱਪ। ਇਹ ਮੋਤੀ ਖਿਲਰੇ ਨੇ ਮੇਰੀ ਸੁਰਤ ਉੱਥੇ ਨਹੀਂ, ਪੜ੍ਹਨ ਵਿੱਚ ਨਹੀਂ, ਤੇ ਮੋਤੀ ਮੈਨੂੰ ਦਿਸੇ ਨਹੀਂ। ਆਖੋ ਵਾਹਿਗੁਰੂ, ਮੋਤੀ ਮੈਨੂੰ ਮੈਂ ਲੰਘ ਗਿਆ। ਆਹ ਲਿਖਿਆ ਗੁਰਬਾਣੀ ਦੇ ਵਿੱਚ, ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ, ਮਾਰਗ ਮੋਤੀ ਬਿਥਰੇ। ਇੱਕ ਵਾਰ ਜਾਣ ਗਏ ਹੋ ਤੇ ਪੜ੍ਹੋ, ਮਾਰਗ ਮੋਤੀ ਮਾਰਗ ਬਣੇ ਮੇਰੀ ਸੁਰਤ ਦਾ ਰਾਹ ਆ ਰਹੀ ਨਾ, ਇੱਥੇ ਨਹੀਂ ਕਿਸੇ ਖਿਲਾਰੇ ਵੀ ਉੱਥੇ ਕਿਸੇ ਪਾਰਕ ਵਿੱਚ ਖਿਲਾਰੇ ਨੇ ਮੋਤੀ, ਮੇਰੀ ਸੁਰਤ ਜਿਹੜੀ ਰਾਹ ਤੇ ਤੁਰੀ ਜਾਂਦੀ ਹੈ ਤੇ ਰਾਹ ਦੇ ਵਿੱਚ ਸ੍ਰੀ ਜਪਜੀ ਸਾਹਿਬ ਦੇ ਇੱਕ ਇੱਕ ਅਕਸ਼ਰ ਕੀ ਹੈ, ਮੋਤੀ ਨੇ। ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ, ਜਿਹੜਾ ਉਹ ਇਹਦੇ ਵਿੱਚ ਹੀਰੇ ਜਿਹੜੇ ਪਏ ਨੇ ਇੱਕ ਇੱਕ ਅਕਸ਼ਰ ਦੇ ਵਿੱਚ, ਤੇ ਮੇਰੀ ਰਾਹ ਦੇ ਵਿੱਚ ਮਾਲਕ ਨੇ ਖਿਲਾਰੇ ਲੈ ਪੁੱਤਰਾ, ਚੁਣ ਚੁਣ ਕੇ ਝੋਲੀਆਂ ਭਰ ਲਾ। ਨਹੀਂ ਪਕੜ ਰਹੇ ਜੀ, ਚੁਣ ਚੁਣ ਕੇ ਝੋਲੀਆਂ ਭਰਦਾ। ਮਗਰ ਇਹ ਸਾਰਾ ਜਪਜੀ ਸਾਹਿਬ ਪੜ ਗਿਆ, ਮੰਨਦੇ ਹੋ ਕਿ ਨਹੀਂ ਜੀ, ਬੋਲੋ ਗੁਰੂ ਕੇ ਸਿੱਖੋ, ਸਾਰਾ ਇੱਕ ਮੋਤੀ ਚੁੱਕ ਕੇ ਜੇਬ ਚ ਨਹੀਂ ਪਾਇਆ, ਨਾ ਹੁਕਮ ਚੁੱਕਿਆ, ਨਾ ਸੁਣਨ ਚੁੱਕਿਆ, ਨਾ ਮੰਨਣ ਚੁੱਕਿਆ, ਨਾ ਗਾਉਣ ਚੁੱਕਿਆ, ਨਾ ਅਸੰਖ ਚੁੱਕਿਆ, ਕੀ ਚੁੱਕਿਆ, ਨਾ ਪੰਚ ਪ੍ਰਵਾਨ ਵਾਲੀ ਪੌੜੀ ਚੁੱਕੀ। ਆਖੋ ਵਾਹਿਗੁਰੂ, ਪੜ੍ਹ ਗਿਆ ਨਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਬੰ, ਹੋ ਗਿਆ ਜੀ ਜਿੰਨੀ ਨਾਮ ਤੇ ਆਇਆ ਗਿਆ ਸ਼ਬਦਾਂ। ਜਿਹਨਾਂ ਜਿਹਨਾਂ ਨੇ ਬਾਬਾ ਪੀਰ ਸਿੰਘ ਜੀ ਨਿਰੰਗਾਬਾਦੀ ਕਹਿੰਦੇ ਸੀ, ਆਖੋ ਵਾਹਿਗੁਰੂ, ਜਿਹਨਾਂ ਜਪਜੀ ਸਾਹਿਬ ਨੂੰ ਇੱਕ ਮਨ ਇੱਕ ਚੇ ਧੋ ਕੇ ਪੜ੍ਹਿਆ, ਉਹ ਜਪਜੀ ਦਾ ਰੂਪ ਹੋ ਗਏ। ਮੈਂ ਕੀ ਕਿਹਾ ਇੱਕ ਵਾਰ ਬੋਲੋ, ਜਿਹਨਾਂ ਜਪਜੀ ਸਾਹਿਬ ਨੂੰ ਇੱਕ ਮਨ ਇੱਕ ਚੇ ਧੋ ਕੇ ਪੜ੍ਹਿਆ, ਉਹ ਸ੍ਰੀ ਜਪਜੀ ਸਾਹਿਬ ਦਾ ਰੂਪ ਹੋ ਗਏ। ਅਸੀਂ ਰੋਜ਼ ਪੜ੍ਹਦੇ, ਤੁਸੀਂ ਵੀ ਪੜ੍ਹਦੇ ਹੋ, ਮੈਂ ਵੀ ਪੜ੍ਹਦਾ, ਦੁਨੀਆ ਤੁਸੀਂ ਮੈਨੂੰ ਦੱਸੋ, ਇੱਕ ਮਿੰਟ ਨਹੀਂ ਮੈਂ ਤੁਹਾਡੇ ਤੋਂ ਬਾਹਰ ਵਿਸ਼ੇ ਤੋਂ ਬਾਹਰ ਚੱਲਿਆ। ਆਖੋ ਵਾਹਿਗੁਰੂ, ਅੱਗੇ ਨਾਲੋਂ ਦੁਨੀਆ ਡਾਊਨਫਾਲ ਜਾ ਰਹੀ ਹੈ ਕਿ ਉੱਪਰ ਆ ਰਹੀ ਹੈ,
ਮੰਨਦੇ ਹੋ ਸਾਰੇ? ਇੱਥੋਂ ਪਤਾ ਲੱਗਾ ਫਿਰ ਗੁਰੂ ਦੇ ਦੀਦਾਰ ਨਹੀਂ ਹੋਏ, ਤੁਹਾਡੇ ਡਿੱਠੇ ਸੱਚੇ ਮਲ ਜਨਮ ਜਨਮ ਦੀ ਪਹਿਲਾ ਜਨਮਾਂ ਦੀ ਕੱਟੀ ਕੀ ਜਾਣੀ ਸੀ, ਹੋਰ ਚੜ੍ਹਦੀ ਹੋਰ ਚੜ੍ਹਦੀ ਹੋਰ ਵੱਧਦੀ ਜਾ ਰਹੀ। ਜਿਉਂ ਜਿਉਂ ਸਿੱਖ ਜਪਜੀ ਸਾਹਿਬ ਦਾ ਪਾਠ ਕਰੀ ਜਾਂਦਾ ਹੈ, ਸੁਖਮਨੀ ਸਾਹਿਬ ਦਾ ਪਾਠ ਕਰੀ ਜਾਂਦਾ ਹੈ, ਕਰੀ ਵੀ ਜਾਂਦਾ ਹੈ ਮਗਰ ਮੈਲਾ ਵੀ ਹੋ ਹੀ ਜਾਂਦਾ ਹੈ। ਆਖੋ ਵਾਹਿਗੁਰੂ ਗੁਣ ਗਾਵਤ ਤੇਰੀ ਪੁੱਤਰ ਸਮੈਲ, ਜੇ ਕਿਤੇ ਪਿਆਰ ਨਾ ਗਾਉਂਦਾ ਵਾਹਿਗੁਰੂ 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 ਗਾਉਂ ਲਾਲੂ ਸਾਹਿਬ ਜਦੋਂ ਗੁਰੂ ਕਹਿ ਲੈ ਲੰਸ ਦੀ ਵਾਹਿਗੁਰੂ 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 ਵਾਹਿਗੁਰੂ। ਫਿਰ ਉੱਥੇ ਚਲੇ ਜੇ ਮਾਰਗ ਮੋਦੀ ਪੀਥਰੇ ਪੜੋ ਨਾ, ਡਰੋ ਨਾ, ਬਾਣੀ ਆ, ਮੈਂ ਬਾਹਰ ਦਾ ਕੋਈ ਸ਼ਬਦ ਨਹੀਂ ਪੜ ਰਿਹਾ। ਮਾਰਗ ਮੋਦੀ ਪੀਥਰੇ, ਤੇ ਉਹਦੇ ਉੱਤੋਂ ਬਦਕਿਸਮਤੀ ਨਾਲ ਜਿਹੜਾ ਉੱਥੋਂ ਦੀ ਲੰਘ ਕੇ ਗਿਆ, ਅੰਧਾ ਨਿਕਸਿਓ ਆਏ, ਬੋਲੋ ਰਸਤੇ ਦੇ ਵਿੱਚ ਕਿਤੇ ਮੋਦੀ ਹੋਣ ਤੇ ਲੰਘਣ ਵਾਲਾ ਬਲਾਈਂਡ ਹੋਵੇ, ਤੇ ਉਹਨੇ ਤੇ ਇਹੀ ਕਹਿਣਾ ਨਾ ਮੇਰੇ ਪੈਰਾਂ 'ਚ ਰੋੜ ਵੱਜਦੇ ਨੇ, ਰੋੜ ਤਾਂ ਨਹੀਂ ਤੁਹਾਨੂੰ ਪਤਾ ਹੋਣਾ, ਸਾਨੂੰ ਪਤਾ ਹੋਣਾ ਮੇਰੇ ਪੈਰਾਂ 'ਚ, ਕਿਉਂਕਿ ਉਹਨੂੰ ਮੋਦੀ ਦੇ ਵਿਚਾਰੇ ਨੂੰ ਤੁਸੀਂ ਤੇ ਮੈਂ ਵੀ ਕਹਿੰਦੇ ਹਾਂ ਜਪਜੀ ਸਾਹਿਬ ਦੇ ਬਚਨ ਪੜ੍ਹਨੇ ਇਹਨਾਂ ਦੇ ਉੱਤੇ ਚੱਲਣਾ ਔਖਾ ਹੈ ਕਹਿੰਦੇ ਹਾਂ। ਆਖੋ ਵਾਹਿਗੁਰੂ ਜਦੋਂ ਆਪਾਂ ਇਹ ਪੜ੍ਹਦੇ ਹਾਂ ਸੰਖ ਜਪ ਸੰਖ ਭਾਉ ਦੇ ਅੱਗੇ ਕਰਦੇ ਸੰਖ ਮੂਰਖੰਦ ਘੋਰ ਸੰਖ ਚੋਰ, ਤੇ ਅਸੀਂ ਸੋਚਦੇ ਹਾਂ ਸੱਤਵੇਂ ਸਮਾਨ ਤੇ ਲੋਕੀ ਬੈਠੇ ਨੇ, ਨਹੀਂ ਪਤਾ ਲੱਗਦਾ, ਪਤਾ ਲੱਗ ਰਿਹਾ ਕਿ ਨਹੀਂ? ਇੱਕ ਵਾਰ ਹਾਜ਼ਰ ਹੋ ਜਾਓ ਫਿਰ ਪਤਾ ਲੱਗ ਜਾਓ। ਅਸੀਂ ਕਹਿੰਦੇ ਜਿਹੜੇ ਅਸੰਖ ਚੋਰ ਹਰਾਮਖੋਰ ਨੇ ਇਹ ਕਿਤੇ ਸਦਮੇ ਅਸਮਾਨ ਤੇ ਨੇ, ਉਹ ਭਲਿਓ ਸਾਡੇ ਘਰਾਂ 'ਚ ਹੀ ਬੈਠੇ ਨੇ, ਚੋਰ ਹਰਾਮਖੋਰ ਨਿੰਦਕ ਮਲੇਸ਼ ਮਨ ਪੱਖ ਖਾਣ ਵਾਲੇ ਸਾਡੇ ਸਮਾਜ ਵਿੱਚ ਬੈਠੇ ਲੋਕ, ਨਹੀਂ ਬੈਠੇ ਬੋਲੋ, ਅਸੰਖ ਗਲਵੱਡ ਅਸੰਖ ਪਾਪੀ। ਅਸੀਂ ਸੋਚਦੇ ਹਾਂ ਵੀ ਇਹ ਜਿਹੜੇ ਸ਼ਬਦ ਲਿਖੇ ਨੇ ਕਿਤੇ ਸਤਵੇਂ ਅਸਮਾਨ ਲਈ ਲਿਖੇ ਨੇ, ਨਾ ਸਾਡੇ ਸਮਾਜ ਲਈ ਲਿਖੇ ਗਏ ਨੇ। ਇਸ ਦੁਨੀਆਂ ਦੀ ਚੰਗੀ ਭਲੀ ਬਣਤਰ ਦੇ ਵਿੱਚ ਅਸੰਖਾਂ ਹੀ ਚੋਰ ਨੇ, ਅਸੰਖਾਂ ਹੀ ਹਰਾਮਖੋਰ ਨੇ, ਅਸੰਖ ਹੀ ਆਪਣੀ ਗੱਲ ਚਲਾ ਕੇ ਚੱਲ ਜਾਂਦੇ ਨੇ, ਅਸੰਖ ਮਲੇਸ਼ ਨੇ ਜਿਹੜੇ ਮਨ ਭੱਖ ਖਾਂਦੇ ਆ, ਅਸੰਖ ਹੀ ਨੇ ਜਿਹੜੇ ਪੰਡਾ ਬੰਨ ਕੇ ਲੈ ਜਾਂਦੇ ਨਿੰਦਾ ਦੀਆਂ, ਹੈਗੇ ਕਿ ਨਹੀਂ? ਬੋਲੋ ਬੋਲੋ ਅੱਗੇ ਦੇ ਵੀ। ਆਖੋ ਵਾਹਿਗੁਰੂ ਮਾਰਗ ਮੋਤੀ ਵਿਥਰੇ, ਉਹਦੇ ਉੱਤੋਂ ਦੀ ਅੰਧਾ ਨਿਕਸਿਓ ਆਏ। ਮਹਾਰਾਜ ਲੰਘ ਕਿਸ ਤਰ੍ਹਾਂ ਗਿਆ? ਕਹਿੰਦੇ ਜੋਤ ਬਿਨਾ ਜਗਦੀਸ਼ ਕੀ, ਬੋਲੋ ਬਲਾ ਜਗਦੀਸ਼ ਦੀ, ਮਾਲਕ ਦੇ ਗਿਆਨ ਦੀ ਜੋਤ ਨਾ ਜਗੀ ਅੱਖਾਂ ਵਿੱਚ, ਤੇ ਸਾਰਾ ਹੀ ਜਪਜੀ ਸਾਹਿਬ ਪੜ੍ਹ ਕੇ ਲੰਘ ਗਿਆ, ਇੱਕ ਵੀ ਮੋਤੀ ਨਾ ਦਿਸਿਆ। ਆਖੋ ਵਾਹਿਗੁਰੂ ਤੁਸੀਂ ਮੈਨੂੰ ਦੱਸੋ, ਅੱਜ ਮੈਂ ਤੇ ਪਹਿਲੀ ਵਾਰ ਤੁਹਾਡੇ ਸੰਗਤ ਵਿੱਚ ਦਰਸ਼ਨ ਕਰ ਰਿਹਾ, ਕੁਝ ਰੂਹਾਂ ਵਧੀਆ ਜਿਹੜੀਆਂ ਪਹਿਲੋਂ ਵੇਖੀਆਂ ਸੁਣਿਆ, ਜਿਹਨਾਂ ਨੇ ਜਪਜੀ ਸਾਹਿਬ 'ਚ ਖੰਡ ਕਿੰਨੇ ਨੇ? ਚਾਰ ਕਿੰਨੇ ਆਖਿਆ? ਬਸ ਕਦੋਂ ਦੇ ਪੜ੍ਹਦੇ ਹੋ ਸ੍ਰੀ ਜਪਜੀ ਸਾਹਿਬ? ਆਖੋ ਵਾਹਿਗੁਰੂ, ਬੋਲੋ ਧਿਆਨ ਨਹੀਂ ਦਿੱਤਾ ਤੇ ਪਤਾ ਨਹੀਂ ਨਾ ਲੱਗਾ, ਬੋਲੋ ਜੀ ਗੁਰੂ ਕਿਸੇ ਕੋਲ, ਜੇ ਧਿਆਨ ਨਹੀਂ ਦਿੱਤਾ ਤੇ ਪਤਾ ਨਹੀਂ ਨਾ ਲੱਗਾ, ਜੇ ਕਿਤੇ ਧਿਆਨ ਨਾ ਪੜਿਆ ਹੁੰਦਾ
ਧਰਮ ਗਿਆਨ ਸਰਮ ਕਰਮ ਤੇ ਸੱਚ ਕਿੰਨੇ ਹੋ ਗਏ? ਪੰਜ ਖੰਡ ਨੇ ਸ੍ਰੀ ਜਪਜੀ ਸਾਹਿਬ ਵਿੱਚ ਭਾਗਾਂ ਵਾਲੇ ਹੋਏ। ਜਦੋਂ ਅਸੀਂ ਧਿਆਨ ਹੀ ਨਹੀਂ ਦਿੱਤਾ ਉੱਥੇ, ਫਿਰ ਅਸੀਂ ਕਹਿੰਦੇ ਗੁਰਬਾਣੀ ਤੋਂ ਸਾਨੂੰ ਮਿਲਿਆ ਨਹੀਂ ਜੀ। ਕਿਸੇ ਪੰਡਿਤ ਨੂੰ ਕਹਿੰਦੇ ਤੁਸੀਂ ਕੋਈ ਮੰਤਰ ਦੇ ਦਿਓ, ਜੰਤਰ ਦੇ ਦਿਓ। ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾ, ਇਹ ਲਿਖਿਆ, ਲਿਖੇ ਜੰਤਰ ਕੇਤੇ ਰਟੇ ਤੰਤਰ ਕੇਤੇ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ। ਜਿੰਨੇ ਜੰਤਰ ਮੰਤਰ ਤੰਤਰ ਰਟਣ ਵਾਲੇ ਨੇ, ਮੇਰੇ ਦਸਵੇਂ ਪਾਤਸ਼ਾਹ ਨੇ ਆਪਣੀ ਕਲਮ ਨਾਲ ਲਿਖਿਆ, ਇਹਨਾਂ ਚੋਂ ਕੋਈ ਨਹੀਂ ਬਚ ਸਕਦਾ, ਇਹਨਾਂ ਨੂੰ ਜਮਾਂ ਦੀ ਮਾਰ ਪੈਣੀ ਆ। ਜਮਾਂ ਦੀ ਮਾਰ ਤੋਂ ਉਹ ਬਚਣਗੇ ਜਿਹੜੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਗੇ। ਆਖੋ ਵਾਹਿਗੁਰੂ, ਇਹ ਕੀ ਆ ਪਤਾ? ਜਾਪ ਸਾਹਿਬ ਵਿੱਚੋਂ ਪੜ੍ਹੋ ਹਜ਼ਰਾ, ਨਮੋ ਮੰਤਰ ਮੰਤਰੰਗ ਬੋਲੋ। ਅਰਥ ਕੀ ਬਣਿਆ? ਅੱਛਾ, ਮੰਤਰਾਂ ਦਾ ਮੰਤਰ ਨਮੋ, ਖੁੱਲ ਕੇ ਬੋਲੋ। ਇਹ ਮੰਤਰਾਂ ਦਾ ਵੀ ਨਮੋ, ਜੰਤਰ ਜੰਤਰੰਗ ਇਹ ਜੰਤਰਾਂ ਦਾ ਵੀ ਨਮੋ, ਇਸ਼ਟ ਇਸ਼ਟ ਇਹ ਨਮੋ ਤੰਤਰ ਇਹ ਤੰਤਰਾਂ ਦਾ ਵੀ ਤੰਤਰ ਹੈ, ਮੰਤਰਾਂ ਦਾ ਮੰਤਰ ਹੈ ਤੇ ਜੰਤਰਾਂ ਦਾ ਮੰਤਰ ਹੈ। ਇਸ ਵਾਹਿਗੁਰੂ ਸ਼ਬਦ ਅੱਗੇ ਕੋਈ ਮੰਤਰ ਨਹੀਂ ਖਲੋ ਸਕਦਾ। ਕੋਈ ਰਟਣ ਵਾਲਾ ਹੋਵੇ, ਕੋਈ ਜਾਪ ਕਰਨ ਵਾਲਾ ਹੋਵੇ, ਆਖੋ ਵਾਹਿਗੁਰੂ, ਜਦ ਕੇ ਬੋਲੋ ਨਾ। ਕੋਈ ਜਾਪ ਕਰਨ ਵਾਲਾ ਹੋਵੇ, ਐਸਾ ਹੋਇਆ ਗਰੀਬ ਨਵਾਜ ਨੇ ਦਇਆ ਕੀਤੀ, ਜੋਤ ਨਹੀਂ ਸੀ ਜਗੀ ਤੇ ਸਾਰਾ ਜਪਜੀ ਸਾਹਿਬ ਪੜ੍ਹ ਕੇ ਲੰਘ ਗਿਆ। ਉਹ ਬੱਚੀ ਸ੍ਰੀ ਜਪਜੀ ਸਾਹਿਬ ਪਾਠ ਕਰਦੀ ਸੀ, ਅੰਮ੍ਰਿਤ ਵੇਲਾ ਹੋ ਗਿਆ, ਇੱਕ ਵੱਜ ਗਿਆ, ਉਹ ਸੱਸ ਕੋਲ ਗਈ। ਸੁਣੇ ਰਹੋ, ਉਹ ਕਿਹਦੇ ਕੋਲ ਗਈ? ਆਪਣੀ ਸੱਸ ਕੋਲ ਗਈ। ਜਾ ਕੇ ਕਹਿੰਦੀ, ਮਾਤਾ ਮੇਰੀ ਮਾਂ ਤੇ ਰਹਿ ਗਈ ਇੱਥੋਂ 50 ਮੀਲ, ਧਿਆਨ ਦਿਓ। ਉਹ ਬੱਚੀ ਦੀ ਗੱਲ ਚੱਲ ਰਹੀ, ਮੇਰੀ ਮਾਂ ਤੇ ਇੱਥੋਂ 50 ਮੀਲ ਦੂਰ ਰਹਿ ਗਈ। ਹੁਣ ਤਾਂ ਮੈਂ ਤੈਨੂੰ ਮਾਂ ਬਣਾ ਕੇ ਇੱਥੇ ਆਈ ਹਾਂ, ਮੈਂ ਤੈਨੂੰ ਮਾਂ ਮੰਨ ਕੇ, ਸੱਸ ਨੂੰ ਮਾਂ ਮੰਨ ਕੇ ਤੇਰੇ ਘਰ 'ਚ ਆਈ ਹਾਂ, ਅਤੇ ਅੱਜ ਤੋਂ ਮੈਂ ਤੇਰੀ ਧੀ ਹਾਂ। ਮੈਨੂੰ ਇੱਕ ਬਾਲਟੀ ਪਾਣੀ ਨਹੀਂ ਚਾਹੀਦੀ, ਮੈਂ ਇਸ਼ਨਾਨ ਕਰਕੇ ਜਪਜੀ ਸਾਹਿਬ ਪੜ੍ਹਨਾ ਹੈ, ਮੈਂ ਇਸ਼ਨਾਨ ਪੜ੍ਹ ਕੇ ਸ੍ਰੀ ਆਸਾ ਕੀ ਵਾਰ ਮੈਨੂੰ ਜਵਾਨੀ ਕੰਠਿਆ ਮੈਂ ਪੜ੍ਹਨੀ। ਆਖੋ ਵਾਹਿਗੁਰੂ, ਇਹ ਧੀ ਦਾ ਕੰਮ ਜੇ ਜਿਨ੍ਹਾਂ ਨੂੰ ਗਰੀਬ ਨਵਾਜ ਨੇ ਦਇਆ ਕੀਤੀ, ਬਾਣੀ ਕੰਠ ਕਰਾਈ। ਸੱਸ ਨੇ ਆਖਿਆ, ਕਿਹੜੀ ਬਾਣੀ ਪੜ੍ਹਨੀ ਹੋ? ਸੱਸ ਨੇ ਤਾਂ ਕਦੀ ਬਾਣੀ ਦਾ ਨਾਂ ਨਹੀਂ ਸੁਣਿਆ। ਜਗਾਏ ਤੇ ਦੀਵੇ ਸੀ, ਜਗਾਏ ਤੇ ਕੰਨਾਂ ਤੇ ਕਬਰਾਂ ਤੇ ਮੱਟੀਆਂ ਦੇ ਉੱਤੇ ਦੀਵੇ ਜਗਾਉਣ ਵਾਲੀ ਨੇ ਮਾਂ ਕਦੀ ਬਾਣੀ ਦਾ ਨਾਂ ਹੀ ਨਹੀਂ ਸੁਣਿਆ। ਧੀ ਨੇ ਆਖਿਆ, ਮਾਤਾ ਤੂੰ ਮੇਰੀ ਮਾਂ ਹੈ, ਸੱਸ ਹੈ, ਤੂੰ ਬਾਣੀ ਦਾ ਕਦੀ ਨਾਂ ਹੀ ਨਹੀਂ ਸੁਣਿਆ? ਨਾ ਨਾ, ਮੈਂ ਨਹੀਂ ਕਦੀ ਸੁਣਿਆ। ਦੱਸ ਕਿਹੜੀ ਬਾਣੀ ਸੀ, ਕਿਹੜੀ ਬਾਣੀ ਦੀ ਗੱਲ ਕਰਦੀ ਹੈ? ਮਾਤਾ ਮੈਂ ਉਸ ਬਾਣੀ ਦੀ ਗੱਲ ਕਰਦੀ, ਤੁਰ ਕੀ ਬਾਣੀ ਆਈ, ਬੋਲੋ, ਤੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਟਾਈ, ਤਿੰਨ ਸਗਲੀ ਚਿੰਤ ਮਟਾਈ। ਮਾਤਾ ਮੈਂ ਉਸ ਬਾਣੀ ਦੀ ਗੱਲ ਕਰਦੀ, ਗੁਰਬਾਣੀ ਗਾਵੇਂ ਭਾਈ, ਉਹ ਸਫਲ ਸਦਾ ਸੁਖਦਾਈ। ਮਾਤਾ ਮੈਂ ਉਸ ਗੁਰਬਾਣੀ ਦੀ ਗੱਲ ਕਰਦੀ ਹਾਂ, ਆਹੋ ਸਿੱਖ ਸਤ ਗੁਰ ਕੇ ਪਿਆਰਿਓ, ਗਾਓ ਸੱਚੀ ਬਾਣੀ, ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆ ਸਿਰ ਬਾਣੀ। ਮਾਤਾ ਮੈਂ ਉਸ ਬਾਣੀ ਦੀ ਗੱਲ ਕਰਦੀ, ਸੌ ਜਾ ਰਾਮ ਨਾ, ਕੋਈ ਬਾਣੀ ਨਹੀਂ ਮਿਲਣਾ ਇੱਥੇ, ਕੋਈ ਬਾਣੀ ਨਹੀਂ ਪੜ੍ਹਦਾ ਸਾਡੇ ਘਰ 'ਚ, ਕੋਈ ਬਾਣੀ ਨਹੀਂ ਪੜ੍ਹਦਾ। ਧੀ ਵਿਚਾਰੀ ਰੋਣ ਹਲਕੀ ਹੋ ਕੇ ਪੁੱਤਰ ਪਿਓ ਕੋਲ ਚਲੇ ਗਈ,
ਸਹੁਰੇ ਨੂੰ ਜਾ ਕੇ ਕਹਿਣ ਲੱਗੀ, ਪਕੜਨ ਨਾ, ਸਹੁਰੇ ਨੂੰ ਜਾ ਕੇ ਕਹਿਣ ਲੱਗੀ ਮੈਂ ਤੈਨੂੰ ਬਾਪ ਬਣਾ ਕੇ ਆਈ ਹਾਂ, ਤੇਰੀ ਧੀ ਬਣ ਕੇ ਆਈ, ਤੂੰ ਇੱਕ ਬਾਲਟੀ ਪਾਣੀ ਦੀ ਕਿਤੇ ਪ੍ਰਬੰਧ ਕਰ ਦੇ, ਮੈਂ ਇਸ਼ਨਾਨ ਕਰਕੇ ਕੀ ਬਣਨੀ ਹੈ, ਬਾਣੀ ਪੜ੍ਹਨੀ, ਹਾਂ ਪਤਾ ਲੱਗ ਗਿਆ ਹੁਣ, ਤੁਸੀਂ ਸੁਚੇਤ ਹੋ ਕੇ ਬੋਲੋ ਕੀ ਪੜ੍ਹਨੀ ਹੈ, ਬਾਣੀ ਪੜ੍ਹਨੀ, ਬਾਬੇ ਨਾਨਕ ਦੀ ਅੰਮ੍ਰਿਤ ਬਾਣੀ ਦਾ ਵਰਖਾ ਕਰਨੀ, ਸਮਝ ਆ ਰਿਹਾ ਨਾ। ਸਹੁਰੇ ਨੇ ਵੀ ਕਿਹਾ, ਘਰ ਵਾਲੇ ਕੋਲ ਚਲੇ ਗਈ, ਸਰਦਾਰਾ ਚਾਰ ਲਾਈਨਾਂ ਲੈ ਕੇ, ਚਾਰ ਲਾਵਾਂ ਲੈ ਕੇ ਤੇਰੇ ਪਿੱਛੇ ਲੱਗ, ਚੌਕੜਾ ਮਤਲਬ ਚਾਰ ਲਾਵਾਂ ਲੈ ਕੇ ਤੇਰੇ ਪਿੱਛੇ ਤੇਰੀ ਹੋ ਕੇ ਆਈ ਹੈ, ਤੂੰ ਤੇ ਇੱਕ ਬਾਲਟੀ ਪਾਣੀ ਦਾ ਪ੍ਰਬੰਧ ਕਰ ਦੇ ਯਾਰ, ਸਮਝ ਆ ਰਿਹਾ ਨਾ। ਕੋਈ ਪਾਣੀ ਨਹੀਂ ਹੈਗਾ ਇੱਥੇ, ਬੱਚੀ ਨੂੰ ਜਿਹੜਾ ਪਾਣੀ ਪੀਣ ਨੂੰ ਦਿੱਤਾ ਸੀ ਨਾ, ਅੱਖ ਵਾਹਿਗੁਰੂ, ਉਹਦੇ ਨਾਲ ਹੱਥ ਧੋਤੇ ਤੇ ਉਂਗਲਾਂ ਸੁੱਚੀਆਂ ਕਰਕੇ ਮੂੰਹ ਦੇ ਉੱਤੇ ਫੇਰੀਆਂ ਤੇ ਚੌਂਕੜਾ ਮਾਰ ਲਿਆ, ਕਿਨੇ ਬੱਚੀ ਨੇ ਚੌਂਕੜਾ ਮਾਰ ਲਿਆ ਚੌਂਕੜਾ, ਤੇ ਕਰਤੀ ਅੰਮ੍ਰਿਤ ਬਾਣੀ ਸ਼ੁਰੂ, ਅੰਮ੍ਰਿਤ ਵਸਣ ਲੱਗ ਪਿਆ। ਬਾਣੀ ਉਚਰੇ ਸਾਧ ਜਨ, ਬੋਲੋ ਬਾਣੀ ਉਚਰੇ ਸਾਧ ਜਨ, ਬਾਣੀ ਜਦੋਂ ਕੋਈ ਸਾਧੂ ਟਿਕਿਆ ਹੋਇਆ ਬਾਣੀ ਪੜ੍ਹਦਾ ਹੈ ਨਾ, ਭਾਵੇਂ ਕੋਈ ਬੀਬੀ ਹੋਵੇ, ਬੱਚਾ ਹੋਵੇ, ਉਹਦੇ ਮੂੰਹ ਚੋਂ ਇਤਨਾ ਲੱਗਦਾ ਜਿਵੇਂ ਅੰਮ੍ਰਿਤ ਦੇ ਝਰਨੇ ਫੁੱਟ ਰਹੇ ਹੁੰਦੇ ਨੇ, ਕੋਈ ਪੜ੍ਹੇ ਤੇ ਸਹੀ ਟਿਕ ਕੇ ਆਖੋ ਵਾਹਿਗੁਰੂ। ਬਾਣੀ ਨੇ ਇੰਨਾ, ਬੱਚੀ ਨੇ ਬਾਣੀ ਪੜ੍ਹੀ, ਸਵੇਰ ਤੱਕ ਉਹਨੇ ਪੰਜ ਬਾਣੀਆਂ ਦਾ ਨਿਤਨੇਮ ਕਰ ਲਿਆ। ਸ੍ਰੀ ਜਪਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ, ਸ੍ਰੀ ਆਸਾ ਕੀ ਵਾਰ, ਦੱਖਣੀ ਓਮਕਾਰ, ਸਿੱਧ ਗੋਸ਼ਟ, ਜਵਾਨੀ ਬਾਣੀਆਂ ਕੰਠ ਕੀਤੀਆਂ। ਇਹ ਹੁੰਦਾ ਸੀ ਦਾਜ ਦੇਣਾ, ਮਾਂ ਪਿਓ ਬੱਚੀਆਂ ਨੂੰ ਕਰਾਉਂਦਾ ਸੀ ਬਾਣੀ ਕੰਠ, ਕਾਹਦੀ ਜਗ੍ਹਾ ਤੇ, ਉੱਚੀ ਬੋਲੋ, ਉਦੋਂ ਕਾਰਾਂ ਨਹੀਂ ਸੀ ਲੋਕੀ ਦਿੰਦੇ, ਤੇ ਗੁਰੂ ਕੇ ਸਿੱਖੋ ਜਿਹਦੀ ਧੀ ਬਾਣੀ ਕੰਠ ਕਰਕੇ ਜਾਂਦੀ ਸੀ ਨਾ, ਉਸ ਧੀ ਦੀ ਗਰੰਟੀ ਗੁਰੂ ਨਾਨਕ ਦਿੰਦਾ ਸੀ। ਅੱਜ ਤੋਂ ਤੁਹਾਡੀ ਧੀ ਨੂੰ ਕਦੀ ਸਿਰ ਪਿੜ ਵੀ ਨਹੀਂ ਹੋਊਗੀ, ਕਿਉਂਕਿ ਇਹਦੇ ਪੱਲੇ ਕੀ ਹੈ, ਬਾਣੀ। ਦੁੱਖ ਰੋਗ ਸੰਤਾਪ, ਉੱਚੀ ਬੋਲੋ, ਦੁੱਖ ਰੋਗ ਸੰਤਾਪ ਉਤਰੇ, ਕੀ ਸੁਣੀ ਫੇਸਬੁੱਕ ਸੁਣੀ, ਬਾਣੀ ਸੁਣਦੀਆਂ ਸੀ ਧੀਆਂ। ਦੁੱਖ ਸੰਤਾਪ ਕਦੀ ਸਹੁਰੇ ਘਰ 'ਚ ਜਾ ਕੇ ਲੱਗਦੇ ਹੀ ਨਹੀਂ। ਆਓ ਬੈਠ ਆਦਰ ਸਭ ਥਾਈ, ਜੇ ਸੱਸ ਸੀ ਸੱਸ ਸਤਿਕਾਰ ਕਰਦੀ, ਜੇ ਸਹੁਰਾ ਸਹੁਰਾ ਸਤਿਕਾਰ ਕਰਦਾ, ਜੇ ਘਰ ਵਾਲਾ ਸਤਿਕਾਰ ਕਰਦਾ। ਅੱਜ ਵਿਆਹੀ ਜਾਂਦੀ ਆ, ਕੱਲ੍ਹ ਨੂੰ ਉੱਥੇ ਬੁਰਕੇ ਪੈ ਜਾਂਦੇ, ਪੈਂਦੇ ਕਿ ਨਹੀਂ, ਬੋਲੋ ਬੁਰਕੇ ਸਿੱਖੋ, ਆਖੋ ਵਾਹਿਗੁਰੂ। ਬੇਅੰਤ ਧੀਆਂ ਰੋਂਦੀਆਂ ਫਿਰਦੀਆਂ ਨੇ ਅੱਜ ਮਾਪਿਆਂ ਦੇ ਬੂਹਿਆਂ ਅੱਗੇ ਬਹਿ ਕੇ, ਜਿਹੜੀਆਂ ਵਿਚਾਰੀਆਂ ਬਾਣੀ ਤੋਂ ਬਿਆਨਦੀਆਂ, ਤੇ ਮੈਂ ਕਦੀ ਧੀ ਨੂੰ ਦੋਸ਼ ਨਹੀਂ ਦਿੰਦਾ, ਮੇਰਾ ਇੱਕ ਪੱਖ ਆਪਣਾ, ਆਖੋ ਵਾਹਿਗੁਰੂ। ਮੈਂ ਦੋਸ਼ ਦੇਣਾ ਮਾਂ ਪਿਓ ਨੂੰ, ਜਿਹਨਾਂ ਨੇ ਨੀਂਦ ਚੋਂ ਅੱਖ ਹੀ ਨਹੀਂ ਖੋਲ੍ਹੀ, ਜਿਹਨਾਂ ਵੇਲਿਆਂ 'ਚ ਇਹਨੂੰ ਚਿਮਚਿਆਂ ਵਾਂਗੂ ਬਾਣੀ ਦੇਣੀ ਚਾਹੀਦੀ ਸੀ, ਜਿਹਨਾਂ ਵੇਲਿਆਂ 'ਚ ਇਹਨੂੰ ਮੂਲ ਮੰਤਰ ਕੰਠ ਕਰਾਉਣਾ ਚਾਹੀਦਾ ਸੀ, ਉਦੋਂ ਮਾਂ ਆਪਣੇ ਰੰਗ ਵਿੱਚ ਰੰਗੀ ਨਹੀਂ। ਆਖੋ ਵਾਹਿਗੁਰੂ, ਝੂਠ ਨਹੀਂ ਕਹਿ ਰਹੇ ਨੇ, ਬੋਲੋ ਗੁਰੂ ਕੇ ਸਵਾਲ, ਕੋਈ ਝੂਠ ਨਹੀਂ ਇਹਦੇ 'ਚ। ਮਾਂ ਆਪਣੇ ਰੰਗ ਰਾਜ ਵਿੱਚ ਚਲੇ ਗਈ, ਪਾਰਟੀਆਂ 'ਚ ਚਲੇ ਗਈ, ਧੀ ਰਾਣੀ ਨੇ ਪੰਜ ਬਾਣੀਆਂ ਪੜ੍ਹ ਲਈਆਂ, ਘਰ ਵਾਲਾ ਹੱਲ ਲੈ ਕੇ ਗਿਆ ਸੀ, ਇਸ ਤਰ੍ਹਾਂ ਇਤਿਹਾਸ ਲਿਖਿਆ। ਆਖੋ ਵਾਹਿਗੁਰੂ। ਤੇ ਸੱਸ ਸਲੀ ਨੇ ਪਹਿਲੇ ਦਿਨ ਹੀ ਹਾਜ਼ਰਿਓ, ਤਿੰਨ ਦਿਨ ਪਤਾ ਹੋਣਾ ਸਲੀ ਸੁਲੀ ਦਾ ਮਤਲਬ ਸਾਨੂੰ ਪਿੰਡੂਆਂ ਨੂੰ ਹੋ ਗਿਆ, ਸਲੀ ਸੱਸ ਨੇ ਗੁੱਸੇ ਖੋਰੀ ਨੇ ਆਖਿਆ, ਮੈਂ ਨਹੀਂ ਤੇਰੇ ਖਸਮ ਦੀ ਰੋਟੀ ਖਾਣੀ, ਆਪੇ ਪਕਾ ਤੇ ਲੈ ਕੇ ਜਾ। ਪਹਿਲੇ ਦਿਨ
ਨਹੀਂ ਤੇ ਆਪਾਂ ਸਾਡਾ ਰਿਵਾਜ ਕੀ ਹੁੰਦਾ ਹੈ, ਪੰਜ ਸੱਤ ਦਿਨ ਘਰ 'ਚ ਰੱਖ ਕੇ ਫਿਰ ਉਹਨੂੰ ਕਹਿਣਾ ਚੌਂਕੇ ਚੜ੍ਹ, ਹੁਣ ਤੂੰ ਅੱਜ ਤੋਂ ਰੋਟੀ ਪਾਣੀ ਪਕਾ ਪਰਿਵਾਰ ਦੀ, ਪਹਿਲੇ ਦਿਨ ਹੀ ਕਿਹਾ ਜਾ ਆਪਣੇ ਕਿਸਮ ਦੀ ਰੋਟੀ ਲੈ ਕੇ ਜਾ। ਧੀ ਰਾਣੀ ਨੂੰ ਸਭ ਕੁਛ ਸਿਖਾਇਆ ਸੀ ਮਾਂ ਪਿਓ ਨੇ, ਆਟਾ ਗੁੱਧਾ, ਰੋਟੀ ਪਕਾਈ, ਆਖੋ ਵੇਖ ਲੂ ਮਗਲੇ ਉਹਨਾਂ ਵੀ ਸਰ ਰੋਟੀ ਪਕਾਈ, ਲੱਸੀ ਰਿੜਕੀ, ਮੱਖਣ ਕੱਢਿਆ, ਦਹੀਂ ਰੱਖਿਆ, ਅਚਾਰ ਨਾਲ ਰੱਖਿਆ, ਸਿਰ 'ਤੇ ਪੁੱਜਾ ਲੱਸੀ ਦਾ ਰੱਖ ਲਿਆ, ਉੱਤੇ ਪ੍ਰਸ਼ਾਦੇ ਰੱਖ ਲਿਆ, ਅਚਾਰ ਅਤੇ ਪਿਆਜ਼ ਨਾਲ ਰੱਖ ਲਿਆ, ਤੁਰ ਪਈ ਖੇਤਾਂ ਨੂੰ, ਆਖੋ ਵਾਹਿਗੁਰੂ ਡੱਜ ਕੇ ਬੋਲੋ ਨਾ। ਮਗਰ ਹੌਕਾ ਲਿਆ ਇੱਕ ਵਾਰ ਅੰਦਰ ਆਪਣੇ, ਇੱਕ ਹੌਕਾ ਲਿਆ ਪਿਤਾ ਆਪਣੇ ਨੂੰ ਯਾਦ ਕਰਕੇ, ਪਿਤਾ ਜੀ ਤੁਸੀਂ ਕਹਿੰਦੇ ਹੁੰਦੇ ਸੋ ਜਿਹੜਾ ਸਤਿਗੁਰੂ ਆ ਨਾ, ਸਤਿਗੁਰੂ ਜਿਹੜੇ ਆਪਣੇ ਸੇਵਕ ਕੀ ਆਪੇ ਰੱਖੇ, ਨਾਲੇ ਰੋਂਦੀ ਸੱਸ ਦੇ ਜੁਨੂ ਤੋਂ ਨਹੀਂ ਰੋਂਦੀ, ਵਿਰਾਗ ਵਿੱਚ ਆਈ, ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ, ਸੇਵਕ ਕੋ ਨਿਗਟੀ ਹੋਏ ਦਿਖਾਵੇ। ਬਾਪੂ ਤੂੰ ਕਹਿੰਦਾ ਹੁੰਦਾ ਸੈਂ ਜਿਹੜੇ ਗੁਰੂ ਨੂੰ ਪੂਰਾ ਕਰਦੇ ਨੇ, ਗੁਰ ਪੂਰਾ ਜਿਨ ਸਿਮਰਿਆ ਸੇਹੀ ਭੈ ਨਿਆਲ, ਨਾਨਕ ਨਾਮ ਅਰਾਧਣਾ ਕਰ ਗਿਆਵੇ। ਬਾਪੂ ਤੂੰ ਕਹਿੰਦਾ ਹੁੰਦਾ ਸੈਂ ਜਿਹੜੇ ਅਰਦਾਸ ਕਰਦੇ ਨੇ ਉਹਨਾਂ ਦੇ ਕਾਰਜ ਰਾਸ ਹੁੰਦੇ ਨੇ। ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਕਦੀ ਅੱਖੀ ਵੇਖਿਆ ਨਹੀਂ, ਤੇਰੇ ਕੋਲੋਂ ਸੁਣਿਆ ਸੀ ਵੀ ਜਿਹੜਾ ਜਿਹੜਾ ਜਿੱਥੇ ਸੇਵਕ ਨੂੰ ਯਾਦ, ਸੇਵਕ ਯਾਦ ਕਰਦਾ ਗੁਰੂ ਉੱਥੇ ਹਾਜ਼ਰ ਹੋ ਜਾਂਦਾ। ਅੱਜ ਮੈਂ ਇੱਕ ਦੁਖਿਆਰੀ ਵੇਖੋ, ਪਹਿਲੇ ਦਿਨ ਰੋਟੀ ਦੇ ਕੇ ਤੋਰਤੀ, ਮੈਨੂੰ ਖੇਤਾਂ ਦਾ ਅਜੇ ਪਤਾ ਨਹੀਂ, ਆਖੋ ਵਾਹਿਗੁਰੂ, ਅਤੇ ਘਰ ਵਾਲੇ ਦੇ ਸੁਭਾਅ ਦਾ ਪਤਾ ਨਹੀਂ, ਰੋਟੀ ਲੈ ਕੇ ਤੁਰ ਹੀ ਜਾਂਦੀ ਸੀ ਮੇਰੀ ਉਹ ਧੀਓ ਅਤੇ ਵੀਰੋ ਅਤੇ ਕੁਛ ਸਿੱਖੋ ਜਿਸ ਗੁਰੂ ਦਾ ਜੇ ਪੁਰਬਿਆ ਨਾ ਉਹਦੀ ਮਹਿਮਾ ਵੇਖਿਓ, ਆਖੋ ਵਾਹਿਗੁਰੂ। ਅੱਗੇ ਦੇਖਦੀ ਬਾਹਰ ਖੇਤਾਂ ਤੋਂ ਬਾਹਰ ਪਿੰਡੋਂ ਆਣ ਕੇ ਵੇਖਦੀ ਵੀ ਸ਼ਮਿਆਨੇ ਲੱਗੇ, ਇਤਰਾਂ ਬੈਠੋ ਕੀ ਲੱਗੇ, ਤੁਹਾਨੂੰ ਪਤਾ ਮੈਂ ਇਤਰਾਂ ਕਿਉਂ ਕਹਿੰਦਾ, ਇਤਰਾਂ ਬੈਠੋ ਵੀ ਜੇ ਕਿਤੇ ਵਿੱਚੋਂ ਚਲੇ ਗਏ ਹੋ ਨਾ ਥੱਲੇ ਨੂੰ ਮੂੰਹ ਕਰਕੇ, ਮੇਰਾ ਸੰਬੰਧ ਤੁਹਾਡੀ ਬੋਡੀ ਨਾਲ ਨਹੀਂ, ਸ਼ਬਦ ਦਾ ਸੰਬੰਧ ਸੁਰਤ ਨਾਲ ਆ। ਅਤੇ ਜਦੋਂ ਬੰਦਾ ਐਂ ਕਰਕੇ ਬੈਠਾ ਹੁੰਦਾ ਨਾ, ਕੰਮ ਤਾਂ ਸਾਰੀ ਰਿਹਾ ਹੈ, ਡਾਲਰ ਵੀ ਰੱਖਤਾ ਸਟੇਜ ਦੇ ਉੱਤੇ, ਗੋਲਕ 'ਚ ਵੀ ਪਾਤਾ ਹੈ, ਇੱਦਾਂ ਨਹੀਂ ਬਣਦੀ ਗੱਲ, ਸੁਰਤ ਕਰਕੇ ਹਾਜ਼ਰ ਰਹੋ ਤਾਂ ਕਿ ਤੁਹਾਡੀ ਝੋਲੀ ਭਰ ਕੇ ਭੇਜੇ ਮੇਰਾ ਗੁਰੂ ਨਾਨਕ, ਅਤੇ ਤੁਸੀਂ ਰੋਜ਼ ਭੱਜੋ ਗੁਰਦੁਆਰੇ ਨੂੰ, ਉੱਥੋਂ ਤੇ ਝੋਲੀ ਭਰਦੀ, ਉੱਥੋਂ ਤੇ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਤੁਹਾਡੇ ਦੁੱਖ ਉਤਰਨ, ਤੁਹਾਡੇ ਸੰਤਾਪ ਉਤਰਨ, ਤੁਹਾਡੇ ਦੁੱਖ ਰੋਗ ਸਭ ਦੂਰ ਹੋਣ, ਅਤੇ ਫਿਰ ਤੁਹਾਨੂੰ ਨਾ ਕਿਸੇ ਹੋਸਪਿਟਲ ਜਾਣਾ ਪਏ, ਨਾ ਕਿਤੇ ਪ੍ਰੈਸ਼ਰ ਕਰਵਾਉਣਾ, ਨਾ ਛਾਤੀ ਪੜਵਾਉਣੀ ਪਏ, ਨਾ ਕਲੇਜੇ ਪੜਵਾਉਣੇ ਪੈਣ, ਤੁਹਾਡਾ ਸਾਰੇ ਦਾ ਸਾਰਾ ਆਰਾਮ ਗੁਰੂ ਨਾਨਕ ਦੀ ਬਾਣੀ ਬਖਸ਼ੇ, ਤੁਹਾਡਾ ਬਣੂਗਾ ਭਰੋਸਾ, ਫਿਰ ਤੁਸੀਂ ਗੁਰਦੁਆਰੇ ਨੂੰ ਦੌੜੋਗੇ। ਇਤਰਾਂ ਹੁੰਦਾ ਨਹੀਂ, ਬੈਠਾ ਗੁਰਦੁਆਰੇ ਆ, ਢਿੱਲਾ ਜਿਹਾ ਸਰੀਰ ਛੱਡਦਾ ਹੈ, ਮੈਂ ਵੇਖਿਆ ਸੀ ਇਤਰਾਂ ਹੁਣ ਵੀ ਬੈਠੇ ਗਈ, ਇਤਰਾਂ ਬੈਠੀ ਹੋਏ ਸਰੀਰ ਦੀ ਕਦੀ ਸੁਰਤ ਗੁਰੂ ਸ਼ਬਦ ਨਾਲ ਨਹੀਂ ਜੁੜਦੀ। ਬਾਣੀ 'ਚ ਦੱਸਿਆ ਹੈ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਉੱਚੀ ਬੋਲੋ, ਇਤਰਾਂ ਬੈਠੀਆਂ। ਤੁਸੀਂ ਪ੍ਰਾਤਨ ਸਿੰਘਾਂ ਨੂੰ ਕਦੀ ਇਤਰਾਂ ਬੈਠਿਆ ਵੇਖਿਆ, ਬੋਲੋ ਜੀ ਗੁਰੂ ਕਿਸੇ ਨੂੰ, ਕਦੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਤਰਾਂ ਵੇਖਿਆ ਜੀ, ਬੋਲੋ ਕੋਈ ਫੋਟੋ ਦੱਸੋ ਇਤਨਾ ਦੀ ਬਣੀ ਹੋਵੇ ਪਿਓ ਦੀ, ਜਦੋਂ ਵੇਖੋ
ਵੀਰ ਆਸਣ ਬੈਠੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਸਿੱਖ ਦੀ ਜ਼ਿੰਦਗੀ ਸੀ। ਚਲੇ ਗਏ ਬਾਹਰ, ਗਏ ਸ਼ਮਿਆਨੇ ਲੱਗੇ ਵੇਖੇ, ਧਿਆਨ ਦਿਓ ਜੀ, ਸ਼ਮਿਆਨੇ ਲੱਗੇ ਵੇਖੇ, ਸ਼ਮਿਆਨੇ ਦੇ ਕੋਲੋਂ ਦੀ ਲੰਘਦੀ ਅਤੇ ਆਸਾ ਕੀ ਵਾਰ 'ਤੇ ਕੰਠ ਸੀ, ਉੱਥੇ ਬਾਣੀ ਦੇ ਵਿੱਚ ਪੜ੍ਹਿਆ, ਗੋ ਬ੍ਰਾਹਮਣ ਕੋ ਕਰ ਲਾਵੋ ਗੋਬਰ ਤਰ ਨਾ ਜਾਈ, ਧੋਪੀ ਟਿਕਾ ਤੇ ਜੰਮਾ ਲਈ ਧਨ ਮਲੇ ਜਾ ਖਾਈ, ਛੋਟੀ ਲੇ ਪਖੰਡਾ ਨਾਮ ਲਈਏ ਜੈ ਤਰਨ ਦਾ। ਇੰਨੀ ਮਿੱਠੀ ਆਵਾਜ਼ ਵਿੱਚ ਕੋਈ ਬਾਣੀ ਪੜ੍ਹ ਰਿਹਾ ਸ਼ਮਿਆਨੇ 'ਚ, ਉਹਦੇ ਪਿੰਡ 'ਚ ਕੁੜੀ ਦੇ 'ਚ, ਆਖੋ ਵੇਖ ਲਓ, ਬੋਲੋ ਨਾ। ਉੱਥੇ ਇੱਕ ਪਹਿਰੇਦਾਰ ਖਲੋਤਾ ਹੈ, ਉਹਦਾ ਚਿੱਟਾ ਦਾੜਾ ਹੈ, ਚਿੱਟੀਆਂ ਉਹਦੀਆਂ ਪੂਣੀਆਂ ਵਰਗੀਆਂ ਮੁੱਛਾਂ ਨੇ, ਸਿਰ ਦੇ ਉੱਤੇ ਗੋਲ ਦਮਾਲਾ ਹੈ, ਨੂਰੋ ਨੂਰ ਚਿਹਰਾ ਹੈ, ਮਗਰ ਬਜ਼ੁਰਗ ਹੈ, 105 ਸਾਲ ਦਾ ਹੈ, ਆਖੋ ਵੇਖ ਲਓ 105, ਮਗਰ ਗੁਰਮੁਖ ਬੁੱਢੇ ਕਦੇ ਨਹੀਂ, ਗੁਰਮੁਖ ਕਦੇ ਬੁੱਢੇ ਨਹੀਂ ਹੁੰਦੇ, ਲਾਲ ਸੁੱਖ ਚਿਹਰਾ ਹੈ। ਬਜ਼ੁਰਗ ਬਾਬੇ ਦਾ ਹੱਥ 'ਚ ਪਰਚਾ ਫੜਿਆ, ਪਹਿਰੇ ਤੇ ਖਲੋਤਾ, ਲਾਗੇ ਇੱਕ ਨੌਜਵਾਨ ਖਲੋਤਾ ਹੈ, ਉਹਦੀਆਂ ਕੁੰਡੀਆਂ ਮੁੱਛਾਂ ਨੇ, ਉਹਦੇ ਹੱਥ ਵਿੱਚ ਵੀ ਤੇਗਾ ਵੀ ਆ, ਗਲ 'ਚ ਤੇਗਾ ਹੈ, ਹੱਥ ਵਿੱਚ ਪਰਚਾ ਹੈ। ਕੁੜੀ ਲਾਗੋ ਦੀ ਲੰਘੀ, ਅੰਦਰ ਬਾਣੀ ਸੁਣੀ, ਸੁਣ ਰਹੇ ਹੋ ਨਾ ਜੀ, ਟਿਕੇ ਹੋ ਨਾ, ਅੰਦਰ ਅੰਦਰ ਸ਼ਮਿਆਨੇ ਦੇ ਬਾਣੀ ਦਾ ਨਾਚ ਸੁਣਿਆ, ਅਤੇ ਬਾਪੂ ਕੋਲ ਖਲੋ ਗਈ, ਉਸ ਬਾਪੂ ਕੋਲ ਖਲੋ ਗਈ, ਬਾਪੂ ਤੁਸੀਂ ਕੌਣ ਹੋ, ਕੀ ਨਾਂ ਹੈ ਤੇਰਾ? ਅਤੇ ਬਾਪੂ ਨੇ ਚਿੱਟੇ ਦਾੜੇ 'ਤੇ ਹੱਥ ਫੇਰ ਕੇ ਆਖਿਆ, ਮੇਰਾ ਨਾਮ ਬਾਬਾ ਬੁੱਢਾ ਸਾਹਿਬ ਆ, ਮੈਨੂੰ ਬਾਬਾ ਬੁੱਢਾ ਸਾਹਿਬ ਕਹਿੰਦੇ ਆ, ਆਖੋ ਵੇਖ ਲਓ, ਆਹ ਮੇਰਾ ਵੀਰ ਕੁੰਡੀਆਂ ਮੁੱਛਾਂ ਵਾਲਾ ਕੌਣ ਹੈ? ਕੁੜੀ ਨੇ ਪੁੱਛਿਆ, ਇਹ ਮੇਰਾ ਵੀਰ ਕੁੰਡੀਆਂ ਮੁੱਛਾਂ ਵਾਲਾ ਕੌਣ ਹੈ? ਉਹਨੇ ਕਿਹਾ, ਪੁੱਤਰ ਇਹਨੂੰ ਭਾਈ ਵਿਧੀ ਚੰਦ ਸਾਹਿਬ ਕਹਿੰਦੇ। ਅੰਦਰ ਝਾਤੀ ਮਾਰੀ, ਉਹ ਗੇਟ ਕੋਲ ਜਿਸ ਤਰ੍ਹਾਂ ਹੋਵੇ, ਅੰਦਰ ਝਾਤੀ ਮਾਰੀ, ਉੱਚੇ ਪਲੰਘ 'ਤੇ ਕੋਈ 7.5 ਫੁੱਟ ਉੱਚਾ, ਗੁਰੂ ਹਰਗੋਬਿੰਦ ਸਾਹਿਬ ਦਾ ਕੱਦ 7.5 ਫੁੱਟ ਉੱਚਾ ਹੈ, ਇਤਿਹਾਸ ਵੇਖਿਆ, ਉਹ ਪੜਿਆ, ਆਖੋ ਵਾਹਿਗੁਰੂ, 6 ਮਣ ਭਾਰ ਆ, 6 ਮਣ ਗੁਰੂ ਹਰਗੋਬਿੰਦ ਸਾਹਿਬ ਦਾ, ਆਖੋ ਵਾਹਿਗੁਰੂ। ਇੱਕ ਘੋੜੇ 'ਤੇ ਜਿੱਥੇ ਸਵੇਰੇ ਚੜ੍ਹਦੇ ਸੀ, 12 ਵਜੇ ਘੋੜਾ ਬਸ ਹੋ ਜਾਂਦਾ ਸੀ, ਕਹਿੰਦਾ ਨਹੀਂ ਹੁਣ ਮੈਂ ਤੁਰ ਨਹੀਂ ਸਕਦਾ, ਇੰਨਾ ਭਾਰ ਸੀ ਗੁਰੂ ਹਰਗੋਬਿੰਦ ਸਾਹਿਬ ਦਾ, ਆਖੋ ਵਾਹਿਗੁਰੂ। ਤਾਂ ਹੀ ਤੇ ਲਿਖਿਆ, ਵੱਢ ਜੋ ਦਾ ਬੋ ਪਾਰੇ ਉਪਕਾਰੀ, ਵੱਢ ਜੋ ਦਾ ਬੋ ਪਾਰੇ ਉਪਕਾਰੀ, ਵੱਢ ਕਲਗੀ ਵਾਲਾ ਤੇ ਚਿੱਟੇ ਬਾਜ ਵਾਲਾ, ਉਹ ਕੌਣ ਆ? ਤੇ ਬਾਬਾ ਬੁੱਢਾ ਸਾਹਿਬ ਨੇ ਆਖਿਆ, ਪੁੱਤਰ ਉਹਨੂੰ ਬੇਗਮਪੁਰੇ ਦਾ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਉਹ ਗੁਰੂ ਹਰਗੋਬਿੰਦ ਸਾਹਿਬ ਨੇ, ਮੈਂ ਦਰਸ਼ਨ ਕਰ ਸਕਦੀ ਹਾਂ? ਕਿਹਨੇ ਪੁੱਛਿਆ? ਬੱਚੀ ਨੇ ਪੁੱਛਿਆ, ਮੈਂ ਉਹਨਾਂ ਦੇ ਦਰਸ਼ਨ ਕਰ ਸਕਦੀ? ਅੰਦਰ ਚਲੇ ਗਈ, ਰੋਟੀ ਉਤਰਾ ਹੀ ਆ, ਆ ਪਿੰਡਾਂ ਵਾਲੀਆਂ ਮਾਈਆਂ ਨੂੰ ਪਤਾ ਨਹੀਂ ਤੁਹਾਡੇ ਜੋ ਕੋਈ ਠੀਕ ਨਹੀਂ, ਉਸੇ ਤਰ੍ਹਾਂ ਕੁੱਜਾ ਰੱਖਿਆ ਹੁੰਦਾ ਸੀ, ਗੱਲਾਂ ਕਰੀ ਜਾਂਦੀਆਂ, ਕੁੱਜਾ ਨਹੀਂ ਡਿੱਗਦਾ ਨਾ ਰੋਟੀ ਡਿੱਗਦੀ ਸੀ, ਐਸਾ ਸਿਸਟਮ ਸੀ ਉਹਨਾਂ ਦਾ, ਆਖੋ ਵਾਹਿਗੁਰੂ। ਕੁੱਜਾ ਉਤਰਾਈਆਂ ਜਾ ਕੇ ਨਮਸਕਾਰ ਕੀਤੀ, ਪਿਤਾ ਜੀ ਨਮਸਕਾਰ, 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 ਪੈਰੀ ਪੈਣੀ, ਉਦੋਂ ਫਤਿਹ 'ਤੇ ਸੀ ਨਹੀਂ, ਆਖੋ ਵਾਹਿਗੁਰੂ। ਅਤੇ ਪਿਤਾ ਨੇ ਆਖਿਆ, ਪੁੱਤਰਾ ਕਿੱਥੇ ਚੱਲੀਏ? ਮੱਥਾ ਟੇਕਣ ਵਾਲੀ ਨੂੰ ਪੁੱਛਿਆ, ਕਿੱਥੇ ਚੱਲੀਏ? ਮੈਂ ਆਪਣੇ ਪਤੀ ਪਰਮੇਸ਼ਵਰ ਦਾ
ਪ੍ਰਸ਼ਾਦਾ ਲੈ ਕੇ ਚੱਲੀ, ਭੁੱਖ ਤੇ ਪਿਤਾ ਨੂੰ ਵੀ ਲੱਗੀ, ਗੁਰੂ ਸਾਹਿਬ ਕਹਿੰਦੇ ਭੁੱਖ ਤੇ ਪਿਤਾ ਨੂੰ ਵੀ ਲੱਗੀ, ਪਿਤਾ ਨੂੰ ਨਹੀਂ ਛਕਾਉਣਾ। ਉਸੇ ਵੇਲੇ ਥੱਲੇ ਕੁੰਜਾ ਰੱਖਿਆ, ਇਤਿਹਾਸ 'ਚ ਲਿਖਿਆ, ਅਤੇ ਪ੍ਰਸ਼ਾਦੇ ਖੋਲ੍ਹੇ, ਪਿਆਜ਼ ਰੱਖਿਆ, ਅਚਾਰ ਰੱਖਿਆ, ਦੋ ਪ੍ਰਸ਼ਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਹੱਥਾਂ 'ਤੇ ਰੱਖੇ, ਅਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਦੋਵੇਂ ਪ੍ਰਸ਼ਾਦੇ ਧੀ ਹੁਣ ਛਕ ਲਏ। ਆਖੋ ਵੇਖ ਲੂ ਕਿੰਨੀ ਭਾਗਾਂ ਵਾਲੀ ਧੀ ਹੋਊਗੀ, ਹੱਥੀਂ ਪਕਾਏ ਹੋਣਗੇ ਪ੍ਰਸ਼ਾਦੇ, ਅਤੇ ਛਕਣ ਵਾਲਾ ਕੌਣ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੋ ਜਹਾਨ ਦਾ ਮਾਲਕ। ਅਤੇ ਫਿਰ ਹੱਥ ਜੋੜ ਕੇ ਇਤਨਾ ਖਲੋਤੀ ਸੀ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਕੁੱਜੇ 'ਚ ਕੀ ਹੈ? ਇਹ ਪਿਤਾ ਜੀ ਲੱਸੀ ਹੈ, ਬਾਬਾ ਨੂੰ ਲੱਸੀ ਨਹੀਂ ਪਿਆਉਣੀ, ਕੁੱਜਾ ਅੱਗੇ ਕਰਦਾ, ਅੱਧਾ ਕੁੱਜਾ ਲੱਸੀ ਦਾ ਪੀ ਗਏ ਗੁਰੂ ਹਰਗੋਬਿੰਦ ਸਾਹਿਬ। ਹੁਣ ਪਤਾ ਤਾਂ ਸੀ, ਘੜ ਘੜ ਕੇ ਅੰਦਰ ਕੀ ਜਾਣਤ ਵਾਲੇ ਸੀ, ਕਹਿਣ ਲੱਗੇ ਜਾ ਹੁਣ ਪੁੱਤਰ ਆਪਣੇ ਘਰ ਵਾਲੇ ਨੂੰ ਪ੍ਰਸ਼ਾਦਾ ਛਕਾਇਆ, ਇਤਨਾ ਇਤਿਹਾਸ ਹੈ, ਜਾ ਹੁਣ ਬੋਲੋ ਆਪਣੇ ਘਰ ਵਾਲੇ ਨੂੰ ਲੈ ਕੇ ਤੁਰ ਪਈ। ਅੱਗੇ ਉਹਨੂੰ ਪਤਾ ਲੱਗਾ ਵੀ ਘਰੋਂ ਇੰਨੇ ਚਿਰ ਦੀ ਤੁਰੀ ਆ, ਪਤਾ ਨਹੀਂ ਕਿੱਥੇ ਬੈਠੀ। ਉਹਨੇ ਇੱਕ ਨਹੀਂ ਸੁਣੀ, ਦੋ ਨਹੀਂ ਸੁਣੀ, ਦੋ ਤਿੰਨ ਪੁਰਾਣੀਆਂ, ਤੁਹਾਨੂੰ ਪੁਰਾਣੀਆਂ ਦਾ ਨਹੀਂ ਪਤਾ ਹੋਣਾ, ਆਪਾਂ ਨੂੰ ਪਤਾ ਹੈ ਵੀ ਦੋ ਤਿੰਨ ਪੁਰਾਣੀਆਂ ਦੇ ਇਲਾਕੇ 'ਚ ਕੁੜੀ ਦੇ 'ਚ ਜਾਦੇ ਹੀ ਮੰਗਤੀਆਂ। ਤੇ ਕੁੜੀ ਨੇ ਆਖਿਆ ਕੋਈ ਗੱਲ ਨਹੀਂ, ਮੈਂ ਤੇਰੀ ਹਾਂ ਘਰਵਾਲੀ, ਤੂੰ ਮੇਰੇ ਸਰਦਾ ਸਰਦਾਰ ਹੈ, ਤੇਰੇ ਹੱਥੋਂ ਮੈਂ ਮਰ ਵੀ ਜਾਊਂਗੀ ਨਾ, ਅਤੇ ਤਾਂ ਵੀ ਮੇਰਾ ਪ੍ਰਮਾਣ ਆ, ਮਗਰ ਪਹਿਲੋਂ ਪ੍ਰਸ਼ਾਦਾ ਅਤੇ ਛਕਲਾ ਜਿਹੜੇ ਕੰਮ ਮੈਂ ਆਈ ਹਾਂ। ਪ੍ਰਸ਼ਾਦੇ ਛਕੇ ਅਤੇ ਪ੍ਰਸ਼ਾਦਿਆਂ ਨੂੰ ਹੱਥ ਲੱਗੇ ਸੀ ਕਿਹਦੇ? ਗੁਰੂ ਹਰਗੋਬਿੰਦ ਸਾਹਿਬ ਦੇ। ਲੱਸੀ ਨੂੰ ਮੂੰਹ ਲੱਗਾ ਸੀ ਕਿਹਦਾ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ। ਲੱਸੀ ਪੀਤੀ, ਪ੍ਰਸ਼ਾਦੇ ਛਕੇ, ਅੰਦਰਲੇ ਦਰਵਾਜ਼ੇ ਖੁੱਲ੍ਹ ਗਏ, ਅੰਦਰ ਸਿਮਰਨ ਚੱਲ ਪਿਆ। ਉਸੇ ਵੇਲੇ ਮਹਿਸੂਸ ਕਰਕੇ ਕਹਿੰਦਾ ਕਰਮਾਂ ਵਾਲੀਏ, ਪ੍ਰਸ਼ਾਦਾ ਤਾਂ ਮੈਂ ਮਾਂ ਕੋਲੋਂ ਅੱਜ ਤੱਕ 20 ਸਾਲਾਂ ਦਾ ਛਕਿਆ ਹੈ, ਇਤਨਾ ਦਾ ਆਨੰਦ ਮਈ ਪ੍ਰਸ਼ਾਦਾ, ਗੱਲ ਕੀ ਹੈ, ਕਲਾ ਕੀ ਹੈ? ਘਰਵਾਲੀ ਨੇ ਆਖਿਆ ਜੇ ਤੈਨੂੰ ਪਤਾ ਲੱਗ ਗਿਆ, ਸੁਣ ਰਹੇ ਹੋ ਜੀ, ਤੁਸੀਂ ਵੀ ਰਾਤੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਭਜਨ ਸੁਣਾਇਆ ਤੇ ਆਪ ਚਲੇ ਗਏ? ਨਹੀਂ ਚਲੇ ਗਏ, ਸੋ ਮੰਨ ਜੋ ਮੈਂ ਅੱਗੇ ਤੁਰਾਂ। ਆਖੋ ਵੇ ਗੁਰੂ ਭਗਵਾਨ ਵਾਲਿਆ, ਜੇ ਤੇਰੀ ਤਕਦੀਰ ਜਲ ਪਈ ਤੇ ਮੇਰੇ ਨਾਲ ਦੌੜ ਕੇ ਤੇ ਛਮਾਨੇ ਪੁੱਟ ਕੇ ਚਲੇ ਨਾ ਜਾਣ, ਛਮਿਆਨੇ ਪੁੱਟ ਕੇ ਚਲੇ ਨਾ ਜਾਣ, ਕੌਣ ਆ ਤੁਸੀਂ? ਆ ਤੇ ਸਹੀ, ਨਾਲ ਲੈ ਕੇ ਗਏ ਸਾਹਿਬ ਦੇ, ਦੀਦਾਰ ਕੀਤੇ ਤੇ ਉਹਦੇ ਡਿੱਠੇ ਸੱਜੇ ਪਾਤਸ਼ਾਹ ਮਲ ਜਨਮ ਜਨਮ ਦੀ ਜਨਮਾਂ ਦੀ ਮੈਲ ਕੱਟੀ ਗਈ, ਅੰਦਰ ਧੋਤਾ ਗਿਆ, ਗੁਰੂ ਨੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗਾ ਮੈਂ ਧਨ ਹੋ ਗਿਆ, ਮੈਂ ਧਨ ਹੋ ਗਿਆ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੁੱਤਰਾ ਮੈਂ ਤੈਨੂੰ ਇਕੱਲੇ ਨੂੰ ਧਨ ਨਹੀਂ ਕਰਨਾ, ਜਿਹੜਾ ਦੀਵਾ ਜਗਾਉਂਦਾ ਤੇਰਾ ਪਿਓ ਤੇ ਤੇਰੀ ਮਾਂ ਉਹਨਾਂ ਨੂੰ ਵੀ ਲੈ ਕੇ ਆ। ਪਿੰਡੋਂ ਬੁਲਾ ਲਿਆ ਦੀ ਮਾਂ ਵੀ ਤੇ ਪਿਓ ਵੀ, ਤੇ ਉਹਨਾਂ ਦੀਆਂ ਵੀ ਅੱਖਾਂ 'ਚ ਅੱਖਾਂ ਪਾ ਕੇ ਨਾਨਕ ਨਦਰੀ ਨਦਰ ਨਿਹਾਲ ਕਰਤਾ, ਜਿਹਦਾ ਅੱਜ ਪੁਰਬ ਹੈ। ਕਿੰਨੇ ਤਾਰੇ ਹੋਣਗੇ ਇਸ ਜੇ ਇੱਕ ਦੀ ਵਿਚਾਰ ਕੀਤੀ? ਆਖੋ ਵਾਹਿਗੁਰੂ ਕੀ ਆਖਿਆ ਮੈਂ? ਕਿੰਨੇ ਤਾਰੇ ਹੋਣਗੇ ਅਸੀਂ ਤੇ ਇੱਕ ਦੀ ਵਿਚਾਰ ਕੀਤੀ ਹੈ। ਇੱਕ ਵਾਰ ਗੱਲ ਹੋ ਫਿਰ ਅੱਜ ਦੀ ਸਿੱਧ ਗੋਸ਼ਟ ਦੀ ਕਥਾ ਕਰਨਾ। ਵੱਡ ਜੋਦਾ ਬੋ ਪਾਰੇ ਉਪਕਾਰੀ, 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 ਚੱਲੀ ਪੀੜੀ ਸੋਢੀਆਂ, ਚੱਲੀ ਪੀੜੀ ਸੋਢੀਆਂ, ਚੱਲੀ ਖਾਵੜ ਵਾਰੋ ਵਾਰੀ, ਰੂਪ ਖਾਵੜ ਵਾਰੋ ਵਾਰੀ, ਰੂਪ ਖਾ
ਭਾਗ ਲਾਇਆ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੇ। ਸਤਿਗੁਰੂ ਸਾਚੇ ਦੀਆ ਭੇਜ ਜਿਰ ਜੀਵਨ ਉਪਜਿਆ ਸੰਜੋਗ, ਗੁਰੂ ਅਰਜਨ ਸਾਹਿਬ ਮਹਾਰਾਜ ਦੇ ਆਗਮਨ ਦੀ ਆਪ ਜੀ ਨੂੰ ਲੱਖ ਲੱਖ ਵਧਾਈ। ਸਿੱਧ ਗੁਰ ਆ ਜਿਹੜੀ ਦੱਖਣੀ ਓਂਕਾਰ ਬਾਣੀ ਹੈ, ਇਹ ਬਾਬੇ ਨਾਨਕ ਦੇ ਪੁੱਤਰ ਜਦੋਂ ਗੁਰੂ ਨਾਨਕ ਪਾਤਸ਼ਾਹ ਉੜੀਸਾ ਦੀ ਯਾਤਰਾ ਦੱਖਣ ਦੀ ਯਾਤਰਾ ਨੂੰ ਗਏ ਨੇ, ਉੱਥੇ ਪੰਡਿਤ ਪੱਟੀ ਦੇ ਉੱਤੇ ਨਿਆਣਿਆਂ ਨੂੰ ਲਿਖਾਉਂਦਾ ਸੀ ਓਨਮ ਅੱਖਰ, ਕਿਹੜਾ ਇਤਨਾ ਨਹੀਂ ਹੁੰਦਾ ਐ ਬਣਿਆ ਹਿੰਦੂ ਵੀਰ ਪੜ੍ਹਦੇ ਉਹਨਾਂ ਦਾ ਮੁਬਾਰਕ ਜੋ ਜਾਪ ਆ ਓਨਮ ਕਹਿੰਦੇ, ਓਨਮ ਕਿਹਾ। ਤੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ ਆਖਿਆ ਵੀ ਇਹਨੂੰ ਪੂਰਾ ਕਰੋ। ਕੀ ਆਖਿਆ? ਕਹਿੰਦੇ ਜੀ ਪੂਰਾ, ਇਹ ਕਹਿੰਦੇ ਨਹੀਂ, ਜਿੰਨਾ ਚਿਰ ਇੱਕ ਨਾ ਨਾ ਲੱਗਾ ਕੀਤਾ ਪਸਾਓ, ਜਿੰਨੇ ਅਕਸ਼ਰ ਨੇ ਇੱਕ ਵਿੱਚੋਂ ਨਿਕਲੇ ਨੇ ਤੇ ਇੱਕ ਤਾਂ ਤੁਸੀਂ ਲਿਖਿਆ ਹੀ ਨਹੀਂ। ਕੀ ਜੀ? ਤੁਸੀਂ ਸਮਝ ਵੀ ਲਿਆ ਕਿ ਮੇਰੇ ਕਹਿਣ ਤੇ ਸਿਗਲ ਆ ਰਹੇ ਹੋ? ਊੜੇ ਦੇ ਨਾਲ ਜੇ ਇੱਕ ਨਾ ਹੋਵੇ ਅਖਵਾਹਿਗੁਰੂ ਤੇ ਕਲਮ ਪੂਰਾ ਨਹੀਂ। ਇੱਕ ਓਅੰਕਾਰ ਤਾਂ ਪੂਰਾ ਹੁੰਦਾ ਜੇ ਇੱਕ ਨਾਲ ਹੋਏ ਤੇ ਉਹਦੇ ਨਾਲ ਇੱਕ ਲਾਓ। ਉੱਥੇ ਇੱਕ ਸ਼ਬਦ ਦੀ ਜਿਹੜੀ ਵਿਆਖਿਆ ਲਿਖੀ ਆ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੇਨ ਦੁਨੀਆਂ ਦੇ ਮਾਲਕ ਉਹਨਾਂ ਨੂੰ ਕਹਿੰਦੇ, ਪੰਡਿਤ ਜੀ ਜੇ ਪੱਟੀਆਂ ਦੇ ਉੱਤੇ ਨਿਆਣਿਆਂ ਨੂੰ ਲਿਖਾਉਣਾ ਹੈ ਤੇ ਇਹਨਾਂ ਦੇ ਉੱਤੇ ਉਸ ਵਾਹਿਗੁਰੂ ਦਾ ਨਾਮ ਲਿਖੋ, ਉਸ ਵਾਹਿਗੁਰੂ ਦੇ ਨਾਮ ਦੀ ਪੜ੍ਹਾਈ ਕਰਾਓ ਜਿਹੜਾ ਇੱਕ ਹੈ। ਜਿਹੜਾ ਇੱਕ ਹੈ, ਫਿਰ ਬੋਲੋ, ਜਿਹੜਾ ਇੱਕ ਹੈ। ਅੱਜ ਉਹਦੇ ਨਾਲ ਅੱਗੇ ਤੁਰਿਆ ਜਾਂਦਾ ਜਿਹੜੀ ਪੌੜੀ ਹੋਈ ਆ, ਉਹਦੇ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਲਾਹਾ ਨਾਮ, ਇਸ ਦੁਨੀਆਂ 'ਚ ਜ਼ਿੰਦਗੀ 'ਚ ਆਉਣ ਦਾ ਲਾਹਾ ਕੀ ਹੈ? ਬੋਲੋ, ਸਾਰੇ ਮੰਨਦੇ ਹੋ? ਲਾਹਾ ਨਾਮ ਰਤਨ ਜਪ ਸਾਰ, ਇਹ ਹੀਰੇ ਨੇ ਮੋਤੀ ਨੇ, ਸ੍ਰੇਸ਼ਟ ਧਾਨਿਆ ਕੀ? ਵਾਹਿਗੁਰੂ ਦਾ ਨਾਮ ਜਪਣਾ। ਬੋਲੋ ਜੀ, ਵਾਹਿਗੁਰੂ ਦਾ ਨਾਮ। ਤੁਸੀਂ ਰੋਜ਼ ਨਹੀਂ ਪੜ੍ਹਦੇ? ਜਿਹੜੇ ਸੁਖਮਨੀ ਸਾਹਿਬ ਪੜ੍ਹਦੀਆਂ ਮੇਰੀਆਂ ਧੀਆਂ, ਮੇਰੇ ਵੀਰ, ਸਾਥ ਨਾ ਚੱਲੈ ਵਿਖਿਆ ਸਗਲੀ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ। ਉੱਥੇ ਵੀ ਸਾਰ ਆਇਆ, ਇੱਥੇ ਵੀ ਸਾਰ ਆ, ਲਾਹਾ ਨਾਮ ਰਤਨ ਜਪ ਸਾਰ। ਤੇ ਆਦੇ ਜਿਹੜੇ ਕੰਮ ਤੂੰ ਪੈ ਗਿਆ ਨਾ, ਲੱਭ ਲੋਭ, ਲੱਭ ਲੋਭ ਪੂਰਾ ਸੰਸਾਰ, ਮਗਰ ਆਪਾਂ ਸਾਰੇ ਹੀ ਉਹਦੇ ਚ ਲਿਪਦੇ ਹਾਂ, ਫਸੇ ਪਏ ਕਾਹਦੇ ਚ? ਲੱਭ ਤੇ ਲੋਭ ਕਹਿੰਦੇ, ਇਹ ਅਕਸ਼ਰ ਇੱਕ ਲੱਗਦਾ ਹੈ ਵੇਖਣ ਨੂੰ, ਲੱਭ ਤੇ ਲੋਭ, ਮਗਰ ਲੱਭ ਦਾ ਮਤਲਬ ਹੁੰਦਾ ਚਸਕੇ। ਕੀ ਜੀ? ਜਿਹੜੇ ਜੀਵ ਦੇ ਚਸਕੇ ਨੇ, ਆਂਦੇ ਚਸਕੇ ਤੇ ਲਾਲਚ ਤੇ ਅਹੰਕਾਰ, ਜਿਹੜੀ ਇਹ ਬੁਰੀ ਚੀਜ਼ ਆ, ਮਗਰ ਲੱਗੇ ਸੰਸਾਰ ਦੇ ਲੋਕੀ ਇਹਨਾਂ ਤਿੰਨਾਂ ਦੇ ਵਿੱਚ ਆ, ਲੱਭ ਲੋਭ ਬੁਰਾ ਅਹੰਕਾਰ। ਅੱਗੇ ਕਹਿੰਦੇ ਲਾੜੀ ਲੋਤੀਆਂ ਲਾਉਣੀਆਂ, ਚਾੜੀ ਖੁਸ਼ਾਮਦ ਕਰਨੀ, ਬੰਦਾ ਬੇਚਾਰਾ ਭਾਵੇਂ ਮਾੜਾ ਹੀ ਹੋਵੇ ਉਹਦੇ ਕੋਲ ਪੈਸੇ ਚਾਰ ਨੇ ਤੇ ਉਹਨੂੰ ਕਹਿੰਦੇ ਬੱਲੇ 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 ਭਾਜੀ ਤੁਹਾਡੇ ਵਰਗਾ ਕੋਈ ਨਹੀਂ, ਇਹਨੂੰ ਕਹਿੰਦੇ ਚੜਾ ਕੇ ਗੱਲ ਕਰਨੀ। ਕੀ ਕਰਨੀ? ਬੋਲੋ, ਖੁਸ਼ਾਮਦੀਨ ਕਰਨੀ, ਮਾੜੇ ਨੂੰ ਵੀ ਸੇਠੀ ਸਾਹਿਬ ਆਖੀ ਜਾਣਾ, ਆਖੋ ਵਾਹਿਗੁਰੂ, ਚੱਡਾ ਸਾਹਿਬ ਆਖੀ ਜਾਣਾ, ਨਾਰਦ ਸਾਹਿਬ ਆਖੀ ਜਾਣਾ, ਢਿੱਲੋ ਸਾਹਿਬ ਆਖੀ ਜਾਣਾ, ਰਾਤ ਨੂੰ ਸ਼ਰਾਬ ਪੀਂਦਾ ਹੈ ਆਖੋ ਵਾਹਿਗੁਰੂ। ਕੀ ਗੱਲ ਹੋ ਗਈ? ਬੋਲੋ ਨਾ, ਰਾਤ ਨੂੰ ਜੂਆ ਵੀ ਖੇਡਦਾ ਹੈ, ਮੈਨੂੰ ਪਤਾ ਵੀ ਹੈ, ਮਗਰ ਮੈਂ ਖੁਸ਼ਾਮਦੀਨ ਕਰ ਰਿਹਾ, ਮੈਂ ਉਹਨੂੰ ਫਿਰ ਵੀ ਕੀ ਆਖੀ ਜਾਣਾ? ਸਾਹਿਬ ਸ਼ਬਦ ਦੇਈ ਜਾਣਾ, ਸਾਹਿਬ ਸ਼ਬਦ ਤੇ ਰੱਬ ਲਈ ਵਰਤਿਆ ਜਾਂਦਾ ਹੈ। ਕਿਹਦੇ ਲਈ ਜੀ? ਬੋਲੋ, ਸਾਹਿਬ ਕਿਹਨੂੰ ਆਖਿਆ ਜਾਂਦਾ? ਰੱਬ ਨੂੰ। ਸਾਹਿਬ ਕਹਿੰਦੇ
ਲਾੜੀ ਕਿਆੜੀ ਲਾਇਤਵਾਰ ਲਾਇਤਵਾਰ ਉਹਨਾਂ ਨਿੰਦਾ ਚੁਗਲੀ ਕਰਨੀ। ਇਹ ਸਾਰਾ ਸੰਸਾਰ ਇਹਨਾਂ ਗੱਲਾਂ ਵਿੱਚ ਲੱਗਾ ਵਾ, ਕਦੀ ਕਿਸੇ ਦੀ ਖਿਚਾਬ ਦੀਲ ਕਰਦਾ ਹੈ, ਕਦੀ ਚੁਗਲੀ ਕਰਦਾ ਹੈ। ਮਨਮੁਖ ਅੰਧਾ ਮੁਗਧ ਗਵਾਰ, ਮਨਮੁਖ ਅੰਨਾ ਮੂਰਖ ਗਵਾਰ, ਇਹਨਾਂ ਗੱਲਾਂ ਵਿੱਚ ਲੱਗਾ ਜਾਂ ਤੇ ਲਾਲਚ ਵਿੱਚ ਲੱਗਾ ਹੈ, ਜਾਂ ਜਵਾਨ ਦੇ ਚਸਕਿਆਂ ਵਿੱਚ ਲੱਗਾ ਹੈ, ਜਾਂ ਇੱਕ ਦੂਸਰੇ ਦੀ ਨਿੰਦਾ ਚੁਗਲੀ ਵਿੱਚ ਲੱਗਾ ਹੈ। ਅੱਗੇ ਬਚਨ ਸੋਹਣੇ ਕੀਤੇ ਜੇ ਜਰਾ ਸੁਜੇ ਤੋਂ ਸੁਣ ਲਓ। ਆਖੋ ਵਾਹਿਗੁਰੂ, ਵਾਹਿਗੁਰੂ। ਇੱਕ ਵਾਰ ਜਪ ਲਓ, ਹਾਂ ਦੋ ਮਿੰਟ ਲਈ ਟਾਈਮ ਦਿਆਂਗਾ, ਪੰਜ ਮਿੰਟ ਆਪਣੇ ਕੋਲ, ਕਿਤੇ ਨਾ ਆਉਂਦੀ ਹੋਵੇ ਸੁੱਤ, ਫਿਰ ਮੁੜ ਆਊਗੀ ਜਪੋਗੇ ਤੇ। ਵਾਹਿਗੁਰੂ, 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 ਸਤਨਾਮ ਸ੍ਰੀ। ਅਗਲੇ ਬਚਨ ਗੁਰਮੁਖੋ ਲਿਖੇ, ਲਾਹੇ ਕਾਰਨ ਆਇਆ ਜੱਗ, ਇਹ ਜੀਵਾਤਮਾ ਕੀ ਕੱਟਣ ਆਈ ਹੈ। 84 ਲੱਖ ਜੂਨੀ ਦੇ ਵਿੱਚੋਂ ਇਹ ਮਨੁੱਖਾਂ ਦੇ ਜਿੰਨੇ ਸਵਾਸ ਮਿਲੇ ਆ ਨਾ, ਇਹਨੂੰ ਮੂਲੀ ਮਿਲੀ ਹੈ। ਮੂਲੀ, ਮੂਲੀ ਕੀ ਹੁੰਦੀ ਨਹੀਂ, ਮੂਲੀ ਮੂਲ ਲੈ ਕੇ ਘਰੋਂ ਜਿਹੜਾ ਜਾਂਦੇ ਹੋ, ਇਸਦੇ ਵਪਾਰੀ ਲੋਕ ਜਿਹੜੇ ਘਰੋਂ ਪੈਸੇ ਖਰੀਦੇ, ਆ ਬੈਠਾ ਇਹ ਸਰਦਾਰ ਬੱਚਾ ਇੱਥੇ ਸਾਡਾ, ਆਖੋ ਵਾਹਿਗੁਰੂ, ਇਹ ਕਰੋੜ ਬਾਪ ਕੰਮ ਕਰਨ ਗਿਆ ਸੀ, ਇਹਨੂੰ ਕਹਿੰਦੇ ਤੇਰੇ ਕੋਲ ਮੂਲੀ ਕਿੰਨੀ ਨਹੀਂ ਪਤਾ ਲੱਗਦਾ। ਕਿਉਂ ਬਈ ਕਹਿੰਦੇ ਸੀ ਕਿ ਤੇਰੇ ਕੋਲ ਮੂਲੀ, ਮੂਲੀ ਦਾ ਮਤਲਬ ਜਿਹੜਾ ਘਰੋਂ ਪੈਸਾ ਲੈ ਕੇ ਆਇਆ ਤੇਰੇ ਹੱਥ 'ਚ ਕੀ ਹੈ, ਉਹਨੂੰ ਕਹਿੰਦੇ ਮੂਲੀ। ਇੱਥੇ ਵੀ ਕਹਿੰਦੇ ਨੇ ਆਇਆ ਸੀ ਪਰਮੇਸ਼ੁਰ ਦੇ ਘਰੋਂ ਜਿੰਨੇ ਸਵਾਸ ਲੈ ਕੇ, ਮੂਲੀ ਲੈ ਕੇ ਆਇਆ ਸੀ, ਮੈਂ ਇਹਦੇ ਨਾਲ ਵਪਾਰ ਕਰੂੰਗਾ ਤੇ ਲਾਹਾ ਕੱਟ ਕੇ ਆਊਂ। ਮਗਰ ਨੈਣ ਗਵਾਈ ਸੋਏ ਕੇ, ਬੋਲੋ ਨੈਣ ਗਵਾਈ ਸੋਏ ਕੇ, ਦਿਵਸ ਗਵਾਇਆ ਖਾਏ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਲੋਡੀ ਬਦਲੇ ਜਾਏ। ਲਾਹੇ ਕਾਰਨ ਆਇਆ ਜੱਗ, ਇੱਕ ਵਾਰ ਸਾਰੇ ਬੋਲੋ, ਸਾਰਿਆਂ ਦੀ ਆਵਾਜ਼ ਨਹੀਂ, ਬੋਲੋ ਨਾ, ਇਸ ਜਗਤ ਵਿੱਚ ਕੀ ਲੈਣ ਆਇਆ ਸੀ, ਲਾਹਾ ਖੱਟਣ। ਪ੍ਰਾਣੀ ਤੂੰ ਆਇਆ ਲਾਹਾ, ਲਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ, ਲਾਹੇ ਕਾਰਨ ਆਇਆ ਜੱਗ, ਹੋਏ ਮਜ਼ਦੂਰ, ਹੋਏ ਮਜ਼ਦੂਰ, ਮਜ਼ਦੂਰ ਮਜ਼ਦੂਰ ਬਣੇ। ਸਵੇਰ ਤੋਂ ਤੁਸੀਂ ਵੀ ਡੱਬਾ ਚੁੱਕ ਕੇ ਤੁਰਦੇ ਹੀ ਹੋ, ਆਪਣੀਆਂ ਚਾਬੀਆਂ ਲੈ ਕੇ, ਆਪਣਾ ਕਾਰੋਬਾਰ ਦੀਆਂ ਚਾਬੀਆਂ ਲੈ ਕੇ ਤੁਰਦੇ ਹੀ ਹੋ ਨਾ, ਕੀ ਕਰਨ, ਮਜ਼ਦੂਰੀ ਕਰਨ। ਤੇ ਕਹਿੰਦੇ ਆਇਆ ਸੀ ਲਾਹਾ ਕੱਟਣ, ਐਸਾ ਮਜ਼ਦੂਰੀ ਵਿੱਚ ਲੱਗਾ, ਹੋਏ ਮਜ਼ਦੂਰ, ਗਿਆ ਠਗਾਏ ਠੱਗ, ਗਿਆ ਆਪਣਾ ਆਪ ਹੀ ਠਗਾ ਕੇ ਚਲੇ ਗਿਆ, ਆਪਣੇ ਸਵਾਸ ਹੀ ਗਵਾ ਕੇ ਚਲੇ ਗਿਆ। ਅੱਗੇ ਜਾ ਕੇ ਮੇਰੇ ਸਰ ਨੂੰ ਪੁੱਛਿਆ, ਮਹਾਰਾਜ ਕੀ ਕਰੀਏ, ਕਹਿੰਦੇ ਲਾਹਾ ਨਾਮ ਪੂੰਜੀ ਵਸਾਓ, ਸ਼ਰਧਾ ਨਾਲ ਵਾਹਿਗੁਰੂ ਦਾ ਨਾਮ ਜਪਿਆ ਕਰ। ਨਾਨਕ ਸੱਚੀ ਪਤ, ਸੱਚੀ ਇੱਜ਼ਤ ਪੈਦਾ ਹੋਊਗੀ, ਸੱਚਾ ਪਾਤਸ਼ਾਹ ਜੇ ਨਾਮ ਜਪੇਗਾ ਸੱਚੇ ਪਾਤਸ਼ਾਹ ਦਾ, ਤੇ ਤੇਰਾ ਇੱਜ਼ਤ ਪਤ ਹੋਊਗੀ। ਜਦੋਂ ਰੱਬ ਦੇ ਘਰ ਨੂੰ ਜਾਏਗਾ ਨਾ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰਾ, ਤੇ ਤੇਰਾ ਸਤਿਕਾਰ ਹੋਊਗਾ, ਤੈਨੂੰ ਜੀ ਆਇਆ ਕਹਿਣਗੇ ਰੱਬ ਦੇ ਘਰ ਦੇ ਵਿੱਚ। ਆਖੋ ਵਾਹਿਗੁਰੂ, ਜਦੋਂ ਤੂੰ ਕੀ ਲੈ ਕੇ ਜਾਏਗਾ, ਕਾਹਦਾ ਲਾਹਾ ਭਲਾ, ਨਾਮ ਦਾ ਲਾਹਾ ਲੈ ਕੇ ਜਾਏਗਾ। ਤੁਸੀਂ
ਕਿੰਨੇ ਕੁ ਉੱਠਦੇ ਹੋ ਅੰਮ੍ਰਿਤ ਵੇਲੇ? ਮੈਂ ਤਾਂ ਅਜੇ ਪਹਿਲੀ ਵਾਰ ਤੁਹਾਡੇ ਇਸ ਇਲਾਕੇ ਵਿੱਚ ਆਇਆ, ਵੈਸੇ ਵੀ 20-22 ਸਾਲ ਬਾਅਦ ਨਿਊਯਾਰਕ ਦਾ ਟੂਰ ਲੱਗਾ ਹੈ। 97-98 'ਚ ਇੱਕ ਵਾਰ ਆਪ ਜੀ ਦੇ ਜੋੜੇ ਚੜ੍ਹਨ ਆਇਆ ਸਾਂ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਜਿਹੜੇ ਜਿਹੜੇ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠਦੇ, ਇੱਕ ਵਾਰ ਆਪਣੇ ਆਪ ਨੂੰ ਕੁਐਸਚਨ ਕਰੋ, ਸਾਰੇ ਕਰੋ ਕੁਐਸਚਨ ਵੀ ਮੈਂ ਅੰਮ੍ਰਿਤ ਵੇਲੇ ਉੱਠਦਾ ਵਾਂ? ਆਪਣੇ ਆਪ ਨੂੰ ਪੁੱਛੋ। ਜੇ ਅੰਦਰੋਂ ਆਵਾਜ਼ ਆਉਂਦੀ ਵੀ ਮੈਂ ਨਹੀਂ ਉੱਠਦਾ, ਤਾਂ ਇਹ ਹਾਜ਼ਰ ਨਾਜ਼ਰ ਬੈਠੇ ਨੇ ਉਠਾਉਣ ਵਾਲੇ, ਜਿਸੇ ਜਗਾਵੇ ਪਿਆਵੇ ਇਹ ਰਸ ਅਕਥ ਕਥਾ ਦਿਨ ਜਾਨੀ, ਇਹ ਜਗਾਉਣ ਵਾਲੇ ਬੈਠੇ ਨੇ। ਇੱਕ ਜਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਨਾ ਸੁੱਤਿਆਂ ਦੇ ਉਠਾਲ, ਨਹੀਂ ਬਦਲਦਾ ਬੋਲਣਾ, ਇੱਕ ਨਾ ਸੁੱਤਿਆਂ ਦੇ ਉਠਾਲ, ਇੱਕ ਜਾਗਦੇ ਵੀ ਮਾਂਝੇ ਰਹਿ ਜਾਂਦੇ, ਤੇ ਇੱਕ ਨਾ ਨੂੰ ਸੁੱਤਿਆਂ ਨੂੰ ਕਹਿੰਦਾ ਉੱਠ ਨਾਮ ਜਪ। ਅਰਦਾਸ ਕਰੋ ਗੁਰੂ ਅੱਗੇ, ਪਾਤਸ਼ਾਹ ਮੇਰੇ ਕੋਲ ਜੋ ਮਰਜ਼ੀ ਲੈ ਲਓ, ਮਗਰ ਮੇਰੀ ਝੋਲੀ 'ਚ ਅੰਮ੍ਰਿਤ ਵੇਲਾ ਪਾ ਦਿਓ, ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਦਿਓ, ਮੇਰੇ ਬੱਚੇ ਅੰਮ੍ਰਿਤ ਵੇਲੇ ਉੱਠਣ, ਮੈਂ ਅੰਮ੍ਰਿਤ ਵੇਲੇ ਉੱਠਾਂ, ਰੱਬ ਦਾ ਨਾਮ ਜਪਾਂ। ਨਾਮ ਜਪਣ ਦਾ ਸਦਕਾ ਹੀ ਤੁਹਾਡੇ ਅਤੇ ਮੇਰੇ ਘਰਾਂ 'ਚ ਸੁੱਖ ਸ਼ਾਂਤੀ ਰਹਿਣੀ, ਜੇ ਮੇਰੀ ਹੱਥ ਜੋੜ ਕੇ ਬੇਨਤੀ। ਦੁਨੀਆਂ ਭਰ ਦੀ ਦੌਲਤ ਕਮਾ ਲਓ, ਸ਼ਾਂਤੀ ਨਹੀਂ ਲਿਆ ਸਕਦੀ। ਅੱਖੋ ਵੇਖਣਾ, ਜਿਉਂ ਜਿਉਂ ਵੱਡੇ ਵੱਡੇ ਜੋ ਤੇਰੇ ਤੋਂ ਵਿਆਪੇ ਚਿੰਤਾ, ਜਿੰਨਾ ਵੱਡੇ ਹੁੰਦੇ ਜਾਓਗੇ ਗੁਰਬਾਣੀ ਕਹਿਣ ਲਈ ਵੀ ਉਹਨਾਂ ਨੂੰ ਕੀ ਲੱਗਦੀ ਆ, ਤੇ ਫਿਰ ਕਿਉਂ ਭੱਜੇ ਜਾਂਦੇ ਉਸ ਪਾਸੇ? ਜਦੋਂ ਤੁਹਾਡਾ ਗੁਰੂ ਕਹਿ ਰਿਹਾ ਕਿ ਜਿਉਂ ਜਿਉਂ ਵੱਡੇ ਹੋ ਗਏ ਤਿਉਂ ਤਿਉਂ ਚਿੰਤਾ ਦੇ ਵਿੱਚ ਡੁੱਬੋਗੇ, ਤੇ ਰਾਤ ਦਿਨ ਬੰਦਾ ਕੀ ਬਣ ਰਿਹਾ ਵੀ ਗੁਆਂਢੀ ਨਾਲੋਂ ਮੈਂ ਵੱਡਾ ਹੋਵਾਂ, ਵੱਡਾ ਹੋਵਾਂ। ਇਸ ਪਿੱਛੋਂ ਆਓ, ਤੁਸੀਂ ਕਹੋ ਜੀ ਮੈਂ ਤੇਰੀਆਂ ਨਜ਼ਰਾਂ ਵਿੱਚ ਵੱਡਾ ਹੋਵਾਂ, ਤੇਰੀਆਂ। ਸਾਈਂ ਮੀਆਂ ਮੀਰ ਨੂੰ ਕਿਸੇ ਨੇ ਆਣ ਕੇ ਆਖਿਆ ਮੈਂ ਤੁਹਾਨੂੰ ਮਿਲਣਾ ਹੈ, ਆਖੋ ਵਾਹਿਗੁਰੂ। ਬਸ ਅਸਮਾਪਤੀ ਹੈ, ਟਾਈਮ ਹੋ ਗਿਆ, ਇਤਰਾ ਬੈਠ ਜਾਓ 2 ਮਿੰਟ ਜੀ, ਆਖੋ ਵਾਹਿਗੁਰੂ। ਮੈਨੂੰ ਪਤਾ ਤੁਸੀਂ ਕੰਮ ਕਰਕੇ ਆਏ ਹੋ, ਥੱਕੇ ਹੋ ਗਏ, ਮੇਰੀ ਹੱਥ ਜੋੜ ਕੇ ਬੇਨਤੀ, ਚੰਗੀ ਤਰ੍ਹਾਂ ਧਿਆਨ ਸੁਣੋ। ਸਾਈਂ ਮੀਆਂ ਮੀਰ ਨੂੰ ਕੋਈ ਮਿਲਣ ਆ ਗਿਆ, ਸੇਵਾਦਾਰ ਨੇ ਆਖਿਆ ਮਹਾਰਾਜ ਉਹ ਤੁਹਾਨੂੰ ਮਿਲਣ ਆਇਆ। ਮਹਾਰਾਜ ਪਾਤਸ਼ਾਹ ਕਹਿੰਦੇ ਉਹਨੂੰ ਪੁੱਛ ਤੂੰ ਕੌਣ ਹੈ? ਆਖੋ ਵਾਹਿਗੁਰੂ। ਜਿਹੜਾ ਤੂੰ ਮੈਨੂੰ ਮਿਲਣ ਆਇਆ ਤੂੰ ਕੌਣ ਹੈ? ਬਾਹਰੋਂ ਆਵਾਜ਼ ਆਈ, ਮੈਂ ਖੁਦਾ ਦਾ ਬੰਦਾ ਵਾਂ, ਮੈਂ ਖੁਦਾ ਦਾ ਬੰਦਾ। ਤੇ ਸਾਈਂ ਮੀਆਂ ਮੀਰ ਜੀ ਨੇ ਅੰਦਰੋਂ ਆਵਾਜ਼ ਦਿੱਤੀ, ਫਿਰ ਮੈਨੂੰ ਮਿਲਣ ਦੀ ਕੋਈ ਜ਼ਰੂਰਤ ਨਹੀਂ, ਜੇ ਤੂੰ ਖੁਦਾ ਦੀ ਬੰਦਗੀ ਕਰਿਆ ਕਰ, ਫਿਰ ਮੈਨੂੰ ਮਿਲਣ ਦੀ ਜ਼ਰੂਰਤ ਨਹੀਂ ਕੋਈ। ਜੇ ਤੁਸੀਂ ਕਹਿੰਦੇ ਹੋ ਵੀ ਅਸੀਂ ਰੱਬ ਦੇ, ਅਸੀਂ ਕੀ ਕਹਿੰਦੇ ਹਾਂ? ਅਸੀਂ ਇਹੀ ਕਹਿੰਦੇ ਨਾ, ਅਸੀਂ ਰੱਬ ਦੇ ਬੰਦੇ ਹਾਂ, ਤੇ ਫਿਰ ਰੱਬ ਦੀ ਬੰਦਗੀ ਕਰਿਆ ਕਰੋ, ਉੱਠਿਆ ਕਰੋ ਸਵੇਰੇ ਅੰਮ੍ਰਿਤ ਵੇਲੇ। ਆ ਉਦਾਸ ਚਿਹਰੇ ਖੁਸ਼ੀਆਂ ਨਾਲ ਭਰ ਜਾਣਗੇ ਜਿੱਦਣ ਤੁਸੀਂ ਅੰਮ੍ਰਿਤ ਵੇਲੇ ਉੱਠੋਗੇ। ਹਰ ਫੁੱਲ ਅੰਮ੍ਰਿਤ ਵੇਲੇ ਖਿੜਦਾ ਹੈ, ਹਰ ਜੀਵ ਨੂੰ ਜ਼ਿੰਦਗੀ ਅੰਮ੍ਰਿਤ ਵੇਲੇ ਮਿਲਦੀ ਆ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਸ਼ਿਆਂ ਦਾ ਤਿਆਗ ਕਰੋ। ਉੱਥੇ ਪੰਜਾਬ 'ਚ ਆਪਾਂ ਰੋਂਦੇ ਹਾਂ ਜੀ ਸਾਨੂੰ ਨਸ਼ੇ ਲਾ ਤੇ, ਕਹਿੰਦੇ ਕਿ ਨਹੀਂ ਬੋਲੋ ਗੁਰ ਕਿਸੇ ਬੋਲੋ ਨਾ ਕਿ ਇੱਥੇ ਤੁਹਾਨੂੰ ਕਿੰਨੇ ਲਾਏ ਨੇ ਕਿ ਪੀਂਦੇ ਨਹੀਂ ਇੱਥੇ ਕੋਈ? ਬੋਲੋ ਕੀ ਗੱਲ ਗੁਰੂ ਦੇ ਤੋਂ ਜ਼ਰੂਰੀ? ਜਾਂ ਮੈਂ ਇਹ ਗੱਲ ਨਹੀਂ ਕਹਿ ਸਕਦੇ ਵੀ ਅਸੀਂ ਪੀਂਦੇ ਹਾਂ, ਮੰਨ ਤੇ ਜਾਣਾ ਚਾਹੀਦਾ, ਮੰਨੇ ਕੀ ਗੱਲ? ਜੇ ਪੀਂਦੇ ਹਾਂ ਤਾਂ ਫਿਰ ਕਹੀਏ ਵੀ ਇੱਥੇ ਸਾਨੂੰ ਕਿਸੇ ਨੇ ਨਹੀਂ ਲਾਇਆ, ਅਸੀਂ ਆਪ ਹੀ ਲਾ ਲੈ। ਬਚੋ, ਤੁਹਾਡੇ ਹੱਥ ਦੇ ਵਿੱਚ ਸ਼ਰਾਬ ਦੀ ਗਲਾਸੀ ਵੇਖ ਕੇ ਤੁਹਾਡਾ ਬੱਚਾ ਤੁਹਾਨੂੰ ਪੜ੍ਹ ਰਿਹਾ ਹੈ, ਪਤਾ ਨਹੀਂ ਜਿਹੜੀ ਚੀਜ਼ ਮੇਰਾ ਬਾਪੂ ਪੀਂਦਾ ਉਹ ਕਿੰਨੀ ਕੁ ਚੰਗੀ ਹੈ, ਪੜ੍ਹਦਾ ਕਿ ਨਹੀਂ ਬੋਲੋ ਜੀ ਗੁਰੂ ਕਿਸੇ।
ਉਹ ਫਿਰ ਇੱਕ ਨਕਲੀ ਜੀ ਨਿੱਕੀ ਜੀ ਗਲਾਸੀ ਲੈ ਕੇ ਨਿੱਕਾ ਜਿਹਾ ਕਿਰਪੇ ਕੋਲੇ ਦੀ ਬੋਤਲ ਲੈ ਕੇ ਅਤੇ ਉਹ ਤੁਹਾਡੇ ਵਾਂਗੂ ਪੀਣੀ ਸ਼ੁਰੂ ਕਰ ਦਿੰਦਾ। ਮੇਰੇ ਹੱਥ ਜੋੜ ਕੇ ਬੇਨਤੀ ਜੇ, ਇਹ ਕੌਮੀ ਮਸਲਾ ਵਾ, ਘਰਾਂ ਦੇ ਵਿੱਚੋਂ ਨਸ਼ੇ ਕੱਢੋ, ਨਾਮ ਦਾ ਨਸ਼ਾ ਕਰੋ, ਨਾਮ ਜਪੋ, ਚੰਗੇ ਬਣੋ, ਪਰਮਕਾਰੀ ਬਣੋ। ਮਹਾਰਾਜ ਤੁਹਾਡਾ ਸਾਰਿਆਂ ਦਾ ਭਲਾ ਕਰੇ, ਤੁਹਾਡੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਆਵੇ, ਭੁਲਾਣਾ ਚਿਤਾਰਿਓ, ਅਸੀਸ ਬਖਸ਼ੋ। ਰਹਿੰਦੇ ਗੁਣ ਦਿਨ ਦਿਨੇ ਨੇ, ਉਹਨਾਂ ਦਿਨਾਂ ਵਿੱਚ ਰੋਜ਼ ਆਇਆ ਕਰੋ ਸ਼ਾਮ ਨੂੰ, ਇਹ ਲੜੀਵਾਰ ਕਥਾ ਚੱਲ ਰਹੀ ਹੈ, ਉਹਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।